ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਸੇਵਾ ਵਿੱਚ ਜੋ ਸੰਗਤ ਨੂੰ ਸੰਬੋਧਨ ਕਰਨ ਅਤੇ ਜਾਣ ਵਾਲੇ ਜੱਥਿਆਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬੋਲੇ ਸੋਨਹਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਹਜ਼ੂਰ ਵਿੱਚ ਬੈਠੇ ਸਾਧਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਾਧਕਾ ਜੀ, ਸਤਿਗੁਰੂ ਜੀ ਦੇ ਪਵਿੱਤਰ ਗੋਬਿੰਦ ਸੱਜ ਕੇ ਆਪ ਜੀ ਨੇ ਗੁਰੂ ਪਿਆਰਿਆਂ ਦੇ ਪਾਸੋਂ ਸੋਹਣੇ ਵਿਚਾਰ ਸੁਣੇ ਹਨ। ਸਤਿਕਾਰਯੋਗ ਸੰਤ ਬਾਬਾ ਹਰਕਮ ਸਿੰਘ ਜੀ ਲੌਂਗੋਵਾਲ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨ ਜੀ ਦੇ ਵਿਚਾਰ ਸੁਣ ਕੇ ਤੁਸਾਂ ਨੇ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਜ਼ਰੂਰ ਅਨੁਭਵ ਕੀਤਾ ਹੋਵੇਗਾ। ਜੋ ਕਾਫੀ ਸਮੇਂ ਤੋਂ ਲੈ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ, ਮਜ਼ਲੂਮਾਂ ਦੀ ਸਹਾਇਤਾ ਵਾਸਤੇ, ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਇਹ ਸੰਘਰਸ਼ ਚੱਲ ਰਿਹਾ ਹੈ ਸ਼ਾਂਤਮਈ ਢੰਗ ਦੇ ਨਾਲ। ਅਤੇ ਹੁਣ ਵੀ ਆਪਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਕਿ ਜੋ ਪਾਲਸੀ ਪ੍ਰੋਗਰਾਮ ਹੈ ਉਹ ਸ਼ਾਂਤਮਈ ਹੈ ਅਤੇ ਸਿੱਖ ਹਮੇਸ਼ਾ ਹੀ ਸ਼ਾਂਤਮਈ ਰਹਿੰਦਾ ਹੈ ਅਤੇ ਰਹਿ ਰਿਹਾ ਅਤੇ ਰਹਿਣ ਦੀ ਕੋਸ਼ਿਸ਼ ਕਰੇਗਾ। ਪਰ ਸ਼ਾਂਤਮਈ ਚੱਲਣ ਵਾਲਿਆਂ ਦੇ ਉੱਪਰ ਜਦੋਂ ਅਤਿਅੰਤ ਦਾ ਸ਼ਬਦ ਹੋਣਾ ਸ਼ੁਰੂ ਹੋ ਜਾਵੇ, ਉਸ ਵੇਲੇ ਨੌਜਵਾਨ ਪੀੜ੍ਹੀ ਦੇ ਵਿੱਚੋਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਸਤੇ ਨੂੰ ਤਿਆਰ ਕਰਨ ਵਾਲੇ ਉਸ ਸ਼ਾਂਤਮਈ ਦੇ ਰਸਤੇ ਨੂੰ ਛੱਡ ਕੇ ਜ਼ਰੂਰ ਚੱਲਣਾ ਪਸੰਦ ਕਰਦੇ ਹੋ। ਜਦੋਂ ਕਿਸੇ ਵੀ ਥਾਂ ਤੇ ਕੋਈ ਵੀ ਵਕੀਲ ਦਲੀਲ ਤੇ ਅਪੀਲ ਨਾ ਰਹਿ ਜਾਵੇ, ਉਸ ਵੇਲੇ ਮਜ਼ਬੂਰ ਨੂੰ ਗੁਰਸਿੱਖ ਨੂੰ ਉਹ ਰਸਤਾ ਅਪਣਾਉਣਾ ਪੈਂਦਾ ਹੈ। ਬੜੀ ਭਾਰੀ ਸ਼ਾਂਤੀ ਸਿੰਘਾਂ ਨੇ ਰੱਖੀ ਹੈ, ਸ਼ਾਂਤਮਈ ਢੰਗ ਨਾਲ ਚੱਲ ਰਹੇ ਤੇ ਚੱਲਣ ਦਾ ਅੱਗੋਂ ਹੁਕਮ ਹੈ ਤੇ ਚੱਲਣਾ ਵੀ ਹੈ। ਪਰ ਜਿਹੜਾ ਤਰੀਕਾ ਤੇ ਗਵਰਨਮੈਂਟ ਨੇ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ, ਹੋ ਸਕਦਾ ਹੈ ਕਿ ਇਸ ਦੇ ਨਾਲ ਆਉਣ ਵਾਲੇ ਜਿਹੜਾ ਭਵਿੱਖ ਹੈ ਬੜਾ ਭਾਰੀ ਧੁੰਗਿਆ ਹੋ ਜਾਵੇ। ਤੇ ਸ਼ਾਇਦ ਸਿੱਖਾਂ ਦਾ ਇਰਾਦਾ ਤਾਂ ਹੈ ਨਹੀਂ, ਪਰ ਸਮੇਂ ਦੀ ਮਜ਼ਬੂਰੀ ਦੇ ਕਾਰਨ 47 ਨਾਲੋਂ ਵੀ ਭਿਆਨਕ ਸਮਾਂ ਬਣ ਜਾਵੇ। ਇਸ ਪਵਿੱਤਰ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਸਿੱਖ ਨੇ ਆਪਣਾ ਮਨ, ਤਨ ਤੇ ਧਨ ਸਾਰਾ ਪਿੱਛੇ ਵੀ ਲੈਣ ਤੇ ਸੰਕੋਚ ਨਹੀਂ ਕੀਤੀ ਤੇ ਹੁਣ ਵੀ ਨਹੀਂ ਕਰਦਾ ਤੇ ਨਾ ਗਾਹ ਨੂੰ ਕਦੇ ਕਰੇਗਾ। ਹਕੂਮਤ ਵਾਲਿਆਂ ਨੂੰ ਇੱਕ ਗੱਲ ਕਹਿਣੀ ਜ਼ਰੂਰੀ ਯੋਗ ਸਮਝਦਾ ਹੈ ਕਿ ਜੋ ਬੈਠ ਕੇ ਆਪਣੇ ਕੁਆਟਰਾਂ ਦੇ ਵਿੱਚ, ਆਪਣੀਆਂ ਕੋਠੀਆਂ ਵਿੱਚ ਘਾਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈ ਤੇ ਕੋਈ ਤਰੀਕਾ ਅਪਣਾਇਆ ਜਾਵੇ ਤੇ ਲੌਂਗੋਵਾਲ ਨੂੰ ਤੇ ਢਿੰਡਰਾਂ ਵਾਲੇ ਨੂੰ ਖਤਮ ਕੀਤਾ ਜਾਵੇ ਜਾਂ ਚੁੱਕ ਕੇ ਲਿਆਂਦਾ ਜਾਵੇ। ਗਵਰਨਮੈਂਟ ਵਾਲੇ ਜਿਹੜਾ ਖਿਆਲ ਨਾਲ ਸੁਣ ਲਿਓ, ਬੜੀਆਂ ਭਾਰੀ ਹਕੂਮਤਾਂ ਇਦੋਂ ਪਹਿਲਾਂ ਹੋ ਚੁੱਕੀਆਂ ਜਿਹੜੀਆਂ ਗੁਰੂਆਂ ਨੂੰ ਵੀ ਚੁੱਕਣ ਦਾ ਜ਼ੋਰ ਲਾਉਂਦੀਆਂ ਰਹੀਆਂ। ਪਰ ਅਸੀਂ ਉਸ ਪਿਤਾ ਦੇ ਪੁੱਤਰ ਹਾਂ ਜਿਸ ਪਿਤਾ ਨੇ 10 ਲੱਖ ਦੇ ਘੇਰੇ ਵਿੱਚ ਬੈਠ ਕੇ ਕੇਵਲ 40 ਸਿੰਘਾਂ ਨੂੰ ਨਾਲ ਲੈ ਕੇ ਤੇ ਦੰਦ ਖੱਟੇ ਕੀਤੇ ਸੀ। ਤੁਹਾਡੇ ਕੋਲ ਹੋ ਸਕਦਾ ਕਿ ਉਹਨਾਂ ਘੇਰਾ ਵੀ ਨਾ ਪੈ ਸਕੇ ਜੇ ਸਾਡੇ ਕੋਲ ਜਰਾ ਦੀ ਸ਼ਕਤੀ ਘੱਟ ਹੋਵੇਗੀ, ਕਿਉਂਕਿ ਅਸਮਰੱਥ ਗੁਰੂ ਸੀ ਅਤੇ ਉਹਦੇ ਪੁੱਤਰ ਹਾਂ। ਪਰ ਇੰਨਾ ਚੇਤਾ ਜ਼ਰੂਰ ਰੱਖਿਓ, ਇਰਾਦਾ ਤਾਂ ਭਾਵੇਂ ਅਜੇ ਹੈ ਨਹੀਂ, ਪਰ ਜਿਹੜਾ ਚੁੱਕਣ ਆਇਆ ਉਹ ਆਪਣਾ ਖੱਟਣ ਜ਼ਰੂਰ ਸਿਰ ਤੇ ਬੰਨ ਕੇ ਆਇਓ, ਖਾਲੀ ਨਹੀਂ ਕਿਸੇ ਨੇ ਮੁੜਨਾ। ਇਹ ਚੇਤਾ ਰੱਖ ਲਿਓ, ਇਸ ਹਰਿਮੰਦਰ ਸਾਹਿਬ ਦੀ ਇਬਾਦਤ ਚਾਹੇ ਕੋਈ ਬੀਬੀ ਹੈ, ਚਾਹੇ ਕੋਈ ਬੱਚਾ, ਚਾਹੇ ਗੁਰੂ ਦਾ ਕੋਈ ਸਿੰਘ ਹੈ, ਉਤਰਾ ਤੁਤਰਾ ਹੋ ਜਾਵੇਗਾ, ਪਰ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਤੇ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗਾ, ਰੱਖਣੀ ਸ਼ਾਂਤੀ ਹੈ ਪਰ ਸ਼ਾਂਤੀ ਦੀ ਕੋਈ ਹੱਦ ਹਦੂਦ ਹੈ। ਪੱਤੀ ਤਵੀ ਤੇ ਬੈਠਣਾ ਸ਼ਾਂਤੀ ਹੈ, ਪਿੰਜਰੇ ਚ ਬੰਦ ਰਹਿ ਕੇ ਸੀਸ ਕਟਾ ਲੈਣਾ ਸ਼ਾਂਤੀ ਹੈ। ਹੁਣ ਤਾਂ ਇਸ ਨੂੰ ਅੱਗ ਲੱਗ ਗਈ ਹੈ, ਇਸ ਨੂੰ ਵੱਧ ਸ਼ਾਂਤੀ ਕੀ ਹੋਵੇਗੀ।
ਨੇਤਾ ਪ੍ਰਤੀ ਪ੍ਰਧਾਨ ਸਾਹਿਬ ਨੇ ਇੱਥੇ ਬੋਲਦੇ ਹੋਰ ਵੀ ਸੰਗਤ ਬੋਲਦੀ ਹੈ ਤੇ ਇਹਨਾਂ ਨੇ ਮਨਸੂਬੇ ਧਰਨੇ ਸ਼ੁਰੂ ਕਰ ਦਿੱਤੇ ਹੈ। ਕਦੀ ਫਲਾਣੇ ਥਾਂ ਤੇ ਇੰਨੇ ਬੰਦੇ ਭਲਿਆਰ ਦੇ ਫਲਾਣੇ ਥਾਂ ਤੇ ਇੰਨੇ ਗੁਰੂ ਕੇ ਸਿੰਘ ਬੇਨਤੀ ਕਰਾਂਗਾ ਸਾਰੀ ਸੰਗਤ ਦੇ ਚਰਨਾਂ ਵਿੱਚ ਜਿਹੜੇ ਬਾਹਰ ਵੀ ਸੁਣਦੇ ਹੋ ਪਿੰਡਾਂ ਵਿੱਚ ਵੀ ਜਾ ਕੇ ਸਾਵਧਾਨ ਕਰ ਦੇਣਾ ਸੰਗਤ ਨੂੰ ਜਿੱਦੇ ਹਰਿਮੰਦਰ ਸਾਹਿਬ ਦੀ ਹਜ਼ੂਰ ਦੇ ਅੰਦਰ ਕੁਰਸੀ ਦਾ ਕੋਈ ਵੀ ਲਾਲਚੀ ਆ ਕੇ ਧੀਓਂ ਜੋਰੀ ਕਰਕੇ ਆਪਣੀ ਬੰਦੂਕ ਦੀ ਮੋਕ ਨਾਲ ਸਿੱਖ ਕੌਮ ਨੂੰ ਮੁਕਾਉਣ ਦਾ ਕੋਈ ਯਤਨ ਕਰੇਗਾ ਉਸ ਦਿਨ ਪਿੰਡਾਂ ਦੇ ਵਿੱਚ ਕਿਸੇ ਵੀ ਸਿੰਘ ਨੇ ਢਿੱਲ ਨਹੀਂ ਕਰਨੀ। ਵਾਅਦਾ ਨਹੀਂ ਕਰਨਾ ਕਿਸੇ ਤੇ, ਧੱਕਾ ਨਹੀਂ ਕਰਨਾ, ਪਰ ਜਦੋਂ ਜਿਵੇਂ ਮੁਸਲਮਾਨ ਵਾਸਤੇ ਮੱਕੇ ਤੋਂ ਪਰੇ ਉਜਾੜ ਹੈ ਇਸੇ ਤਰ੍ਹਾਂ ਗੁਰੂ ਕੇ ਸਿੱਖ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਪਰੇ ਸਭ ਕੁਝ ਉਜਾੜ ਹੀ ਉਜਾੜ ਹੈ। ਕਿਸੇ ਦੇ ਘਰ ਅਸੀਂ ਜਾਂਦੇ ਨਹੀਂ, ਕਿਸੇ ਦੀ ਦੁਕਾਨ ਅਸੀਂ ਲੁੱਟਦੇ ਨਹੀਂ, ਕਿਹੜਾ ਘਰਾਇਆ ਅਸੀਂ ਕਰਦੇ ਨਹੀਂ, ਪਰ ਜੇ ਕੋਈ ਹਕੂਮਤ ਨਸ਼ੇ ਵਿੱਚ ਆਵੇਗਾ ਤੇ ਬਹੁਤ ਕੋਈ ਚੂੜੀਆਂ ਤੇ ਬੰਗਾਂ ਨਹੀਂ ਪਾਈਆਂ ਹੋਣੀਆਂ, ਫੁਸਰੇ ਬਣ ਕੇ ਕਲੀਬ ਬਣ ਕੇ ਕੱਟੀ ਜਾਵਾਂਗੇ। ਪੁੱਤਰਾਂ ਦੇ ਬਾਣੀ ਨੇ ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਇਆ ਹੈ ਤੇ ਇਹ ਕਹਿੰਦੇ ਵੀ ਅਸੀਂ ਘੇਰਾ ਪਾ ਕੇ ਆਉ ਕਰ ਦਿਆਂਗੇ, ਤੁਹਾਨੂੰ ਚੁੱਕ ਕੇ ਲੈ ਜਾਂਗੇ। ਮਰਿਆਂ ਪਿਆਂ ਦਾ ਤਾਂ ਪਤਾ ਨੀ, ਪਿੱਛੇ ਸੰਗਤ ਚੁੱਕੇ ਤੇ ਪੁਲਿਸ ਚੁੱਕੇ, ਪਰ ਪੁਲਿਸ ਵਾਲੇ ਦੇ ਅਣਖ ਤੇ ਰੜ ਕੇ, ਖਾਸ ਕਰਕੇ ਮੈਂ ਸਿੱਖਾਂ ਦੇ ਪੁੱਤਰਾਂ ਨੂੰ ਕਹਾਂਗਾ, ਜੇ ਕੋਈ ਸ਼ਰਮ ਹੈ ਉਹਨਾਂ ਨੂੰ, ਜਿਹੜੇ ਸਿੱਖਾਂ ਦੇ ਪੁੱਤਰ ਨੇ ਪੁਲਿਸ ਵਿੱਚ, ਉਹਨਾਂ ਨੂੰ ਜ਼ਰੂਰ ਕਹਾਂਗਾ ਜੇ ਤੁਹਾਡੀ ਕੋਈ ਗੈਰਤ ਤੇ ਅਣਖ ਕੰਮ ਕਰਦੀ ਹੈ, ਤੁਹਾਨੂੰ ਆਪਣੇ ਆਪ ਨੂੰ ਸਿੱਖੀ ਤੇ ਕੋਈ ਇਤਬਾਰ ਹੈ ਤੇ ਤੁਸੀਂ ਗੁਰੂ ਕੇ ਪੁੱਤਰ ਤੇ ਸਿੱਖਾਂ ਦੇ ਹੋਣ ਦੇ ਹੱਕਦਾਰ ਹੋ ਤੇ ਤਾਂ ਬਣ ਸਕਦੇ, ਤੁਹਾਡਾ ਮੂੰਹ ਇੱਧਰ ਨੂੰ ਨੀ ਹੋਣਾ ਚਾਹੀਦਾ। ਆਹ ਟੋਪੀਆਂ ਵਾਲੇ ਨੇ ਜਰਾ ਇਸ ਪਾਸੇ ਨੂੰ ਘੱਲੇ, ਫਿਰ ਗਿਣ ਕੇ ਦੱਸਾਂਗੇ ਬਣਦਾ ਕੀ ਹੈ। ਫਿਰ ਸਿੱਖੀ ਦੇ ਨਾਲ ਪਿਆਰ ਕਰੋ, ਸ਼ਾਂਤੀ ਪੂਰੀ ਰੱਖਣੀ ਹੈ। ਪਰ ਨੌਜਵਾਨਾਂ ਨੂੰ ਇਹ ਬੇਨਤੀ ਕਰਾਂਗਾ, ਜਿੰਨੀ ਸੰਗਤ ਇੱਥੇ ਖੜੀ ਹੈ ਤੇ ਜਾਂ ਕੋਈ ਰਾਤ ਨੂੰ ਰਹਿਣ ਵਾਲਾ, ਸਿੰਘੇ ਘਬਰਾਉਣਾ ਨਹੀਂ। ਚਮਕੌਰ ਦੀ ਗੜੀ ਬਹੁਤ ਛੋਟੀ ਜੀ, ਮੈਂ 25 ਗੜੀ ਦੇ ਦਰਸ਼ਨ ਕੀਤੇ, ਆਪ ਜੀ ਦੇ ਪਤੰਗੀ ਧਰ ਜੀ ਲੜੇ ਹੈ, ਆਹ ਤਾਂ ਗੁਰਦੁਆਰੇ ਪਹਿਣ ਬਣਿਆ ਨਾ ਪਿੱਛੋਂ, ਉਹਦੇ ਦਰਸ਼ਨ ਦਾਸ ਨੇ ਕੀਤੇ ਉਹਨਾਂ ਕੰਧਾਂ ਦੇ ਜਿੱਥੇ ਚੋਦੀ ਪ੍ਰੀਤ ਨੇ ਉਤਲੇ ਗੁੰਮਜ ਵਿੱਚ ਬੈਠ ਕੇ ਤੀਰ ਚਲਾਏ ਹੈ। ਛੋਟੀ ਜੀ ਗੜੀ ਨੂੰ 10 ਲੱਖ ਦਾ ਘੇਰਾ ਪਿਆ ਸੀ, ਇਹ ਤਾਂ ਕਿੱਡਾ ਵੱਡਾ ਚੱਲਾ ਹੈ, ਕਿੰਨਾ ਕੁ ਘੇਰਾ ਪਾਉਣਗੇ? ਜੇ ਚਮਕੌਰ ਦੀ ਗੜੀ ਵਿੱਚ ਰਹਿ ਕੇ 40 ਸਿੰਘ 10 ਲੱਖ ਨਾਲ ਲੜ ਸਕਦੇ ਹੈ, ਤੇ ਆਪਾਂ ਤਾਂ ਹਜ਼ਾਰਾਂ ਦੀ ਗਿਣਤੀ ਚ ਹੋਣਗੇ ਕਿੰਨੇ ਕੁ। ਤੇ ਨਾਲ ਯਾਦ ਰੱਖੋ, 90% ਰਾਇਫਲਾਂ ਦਾ ਮੂੰਹ ਪੁਲਿਸ ਤੇ ਮਿਲਟਰੀ ਵਿੱਚੋਂ ਉਸ ਪਾਸੇ ਹੋਵੇਗਾ ਜਿੱਥੇ ਇੱਥੇ ਕੋਈ ਗੜਬੜ ਹੋਈ। ਇਹ ਐਵੇਂ ਦਾ ਖਿਆਲ ਕਰਨਾ ਕਰੋ, ਅਸੀਂ ਜੀ ਥੋੜੇ ਜਿਹਾ ਜੀ ਆ ਤੇ ਲੂਣ ਦੀ ਤਰ੍ਹਾਂ, ਲੂਣ ਜਰਾ ਚ ਜ਼ਿਆਦਾ ਪੈ ਜਾਵੇ ਗੁਰਕੀ ਅੰਦਰ ਨੀ ਲੰਘਦੀ ਗੀ, ਸਾਰਾ ਇਲਾਕਾ ਖਰਾਬ ਹੋ ਜਾਂਦਾ। ਆਪਣਾ ਕਿਸੇ ਨਾਲ ਜਾਤੀ ਤੌਰ ਤੇ ਵੈਰ ਨਹੀਂ ਹੈ, ਕਿਸੇ ਨਾਲ ਕੋਈ ਈਰਖਾ ਨਹੀਂ ਹੈ, ਪਰ ਜੇ ਆਪਣੇ ਧਰਮ ਨੂੰ ਕੋਈ ਨਾਸ ਕਰਨਾ ਚਾਹੇਗਾ ਉਹਨਾਂ ਤੇ ਜ਼ਰੂਰ ਸਾਵਧਾਨ ਹੋ ਕੇ ਹੱਥ ਲੈਣਾ। ਆਹ ਕੱਲ ਵੀ ਸੰਤ ਜੀ ਬੋਲੇ ਸੀ, ਅੱਜ ਵੀ ਅਖਬਾਰਾਂ ਵਾਲੇ ਕੁਝ ਪ੍ਰੇਮੀ ਆਏ ਸੀ, ਉਹ ਮੇਰੇ ਕੋਲੇ ਕੱਲ ਗਿਆ, ਮੈਂ ਤੁਹਾਨੂੰ ਜਾਣਦਾ ਨੀ, ਪਹਿਲਾਂ ਤੇ ਸੰਤਾਂ ਕੋਲੇ ਗਿਆ ਸੀ ਬਾਬਾ ਲੌਂਗੋਵਾਲ ਜੀ ਕੋਲ, ਇਹਨਾਂ ਨੂੰ ਕਹਿੰਦੇ ਤੁਹਾਡਾ ਲੌਂਗੋਵਾਲ ਜੀ ਪਿੰਡਰਾਂ ਵਾਲਿਆਂ ਨੇ ਕਿੰਨਾ ਕੁ ਮਤ ਭੇਜ ਹੈ, ਉਹਨਾਂ ਨੇ ਵੀ ਦੱਸ ਦਿੱਤਾ, ਮੁੜ ਕੇ ਮੇਰੇ ਕੋਲੇ ਕਹਿ ਤੁਹਾਡੀ ਕਿੰਨੀ ਕੁ ਖੜਕਦੀ ਹੈ, ਮੈਂ ਕਿਹਾ ਸਮਾਂ ਦੱਸੂਗਾ, ਸਾਡੀ ਤਾਂ ਕੋਈ ਆਪਸੀ ਦੀ ਖੜਕਦੀ ਨਹੀਂ, ਖੜਕਦੀ ਕਿਹਦੇ ਨਾਲ ਹੈ, ਸਾਡੀ ਖੜਕਦੀ ਹੈ ਜਿਹੜਾ ਸਾਡੀਆਂ ਭੈਣਾਂ ਨੂੰ ਨੰਗਿਆ ਕਰਦਾ ਉਹਨਾਂ ਨਾਲ, ਸਾਡੀ ਖੜਕਦੀ ਹੈ ਜਿਹੜਾ ਸਾਡੀਆਂ ਭੈਣਾਂ ਦੀ ਇੱਜ਼ਤ ਲੁੱਟਦਾ ਉਹਨਾਂ ਨਾਲ, ਸਾਡੀ ਖੜਕਦੀ ਹੈ ਜਿਹੜਾ ਸਤਿਗੁਰੂ ਗ੍ਰੰਥ ਸਾਹਿਬ ਦੀ ਜਾਗਰੀ ਕਰਦਾ, ਇਹ ਖੜਕਦੀ ਰਹਿਣੀ ਹੈ। ਇਹਨੂੰ ਕੋਈ ਦੁਨੀਆਂ ਦੀ ਤਾਕਤ ਮੇਟ ਨਹੀਂ ਸਕੇਗੀ ਜਦੋਂ ਤੱਕ ਉਹ ਕੰਮ ਬੰਦ ਨਹੀਂ ਕਰਦੇ ਗਏ। ਸੋ ਸਤਿਗੁਰੂ ਦੀ ਓਤ ਲਓ, ਅੰਮ੍ਰਿਤ ਛਕੋ, ਰਹਿਤ ਰੱਖੋ ਤੇ ਚਾਰ ਪ੍ਰਚਾਰ ਹੋਵੋ, ਤੇ ਜਿਹੜਾ ਧੈਜਾ ਬਣਿਆ ਨਾ ਵੀ ਇੱਥੇ ਅੰਦਰ ਪ੍ਰਵੇਸ਼ ਹੋ ਜਾਣਗੇ, ਉਹਨਾਂ ਕੋਲ ਜੀ ਸਪਰਿੰਗ ਵਾਲੀਆਂ ਪੌੜੀਆਂ, ਇੱਕ ਮਿੰਟ ਚ ਪੌੜੀ ਲੱਗ ਜਾਂਦੀ ਕੋਠੇ ਨੂੰ, ਪੌੜੀ ਕੋਠੇ ਨੂੰ ਲੱਗ ਜਾਏਗੀ, ਬੰਦਾ ਮਿੰਟ ਚ ਚੜ੍ਹ ਪੌੜੀ ਉੱਪਰ ਦੀ, ਬੰਦੇ ਨੇ ਤਾਂ ਆਪਣੇ ਲੱਤਾਂ ਨਾਲ ਵੀ ਚੜ੍ਹਨਾ ਨਾ ਪੌੜੀ ਤੇ, ਗਾਂਹ ਕੋਈ ਇਹ ਤਾਂ ਹੈ ਨੀ ਵੀ ਚੂੜੀਆਂ ਪਾਈ ਬੈਠੇ ਸਾਰੇ। ਸਤਿਗੁਰੂ ਕਿਰਪਾ ਕਰਨ, ਕਿਤੇ ਸਮਾਂ ਆਉਣਗੇ, ਇਹ ਮੈਂ ਤੁਹਾਨੂੰ ਨੀ ਕਹਿੰਦਾ ਵੀ ਮੈਂ ਮਰ ਨੀ ਸਕਦਾ, ਜਾਂ ਲੌਂਗੋਵਾਲ ਜੀ ਨੀ ਮਰ ਸਕਦੇ, ਜਾਂ ਨਾਲ ਦੇ ਨੀ ਮਰ ਸਕਦੇ, ਮਰ ਸਾਰੇ ਸਕਦੇ ਆ, ਪਰ ਇਹ ਦ੍ਰਿੜਤਾ ਨਾਲ ਜ਼ਰੂਰ ਕਹਾਂਗਾ ਜਿਹੜਾ ਇੱਥੇ ਆਊਗਾ ਉਹਨੂੰ ਲੱਦ ਕੇ ਟਰੱਕ ਤੇ ਲਿਜਾਣਗੇ, ਤੁਰ ਕੇ ਉਹ ਨੀ ਜਾਂਦਾ ਗਾ। ਪਰ ਜਿਹੜੀ ਪਿੰਡਾਂ ਚ ਰਹਿਣ ਵਾਲੀ ਸੰਗਤ ਹੈ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗਾ, ਸਾਰੇ ਨੌਜਵਾਨ ਚਾਰ ਪ੍ਰਚਾਰ ਹੋਵੋ, ਹਿੰਦੂ ਸਿੱਖ ਦਾ ਪਸਾਲ ਕਰਾਉਣ ਵਾਸਤੇ ਗੌਰਮੈਂਟ ਜ਼ੋਰ ਲਾਉਂਦੀ ਹੈ, ਉਹ ਤਾਂ ਬਚੇ ਜਿੰਨਾ ਚਿਰ ਬਚੀ ਹੈ,
ਪਰ ਜੇ ਹਿੰਦੂਆਂ ਨੇ ਵੀ ਗਵਰਨਮੈਂਟ ਦੀ ਬੇੜੀ ਤੇ ਚੜ ਕੇ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਸਿੱਖਾਂ ਦੀ ਪੱਗ ਲਾਉਣੀ ਸ਼ੁਰੂ ਕੀਤੀ ਤੇ ਫਿਰ ਆਪਾਂ ਆਪਣੀ ਪੱਗ ਨੂੰ ਬਚਾਉਣ ਵਾਸਤੇ ਜੋ ਯਤਨ ਖਾਲਸਾ ਪਿੱਛੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਾਹ ਤੇ ਚੱਲ ਕੇ ਕਰਦੇ ਆਇਆ ਉਹ ਅਵਚਾਰ ਕਰਨਾ ਪਵੇਗਾ ਪਰ ਆਪਾਂ ਅਵਚਾਰ ਉਹਦੇ ਕਰਨਾ ਜਦੋਂ ਆਪਾਂ ਨੂੰ ਮੱਲੋ ਮੱਲੀ ਤੋਰਨਗੇ ਉਸ ਪਾਸੇ ਆਪਣੇ ਆਪ ਨੂੰ ਉਹਦੇ ਤੁਰਨਾ ਦਾ ਸ਼ਾਂਤੀ ਰੱਖਣੀ ਹੈ ਇੰਨੀ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ ਖਿਮਾ ਮੰਗਦਾ ਹੈ ਤੇ ਜਾਣ ਵਾਲੇ ਜਥੇ ਨੂੰ ਵਧਾਈ ਦਿੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਲੜ ਲੱਗੋ ਤੇ ਰਹਿ ਤੁਸੀਂ ਪ੍ਰਤਾਪ ਕਰੋ ਅੰਮ੍ਰਿਤ ਜ਼ਰੂਰ ਛਕੋ ਤੇ ਸ਼ਾਸਤਰ ਧਾਰੀ ਹੋਵੋ ਕਈ ਪੁੱਛਦੇ ਨੇ ਸ਼ਾਸਤਰਾਂ ਦੇ ਲਸੰਸ ਨਹੀਂ ਬਣਦੇ ਜੇ 230 ਬੰਬ ਕਵਣ ਕੁਮਾਰ ਰੱਖ ਸਕਦਾ ਤੇ ਤੁਹਾਨੂੰ ਲਸੰਸਾਂ ਦੀ ਬਹੁਤੀ ਲੋੜ ਹੈ ਜੀਣਾ ਰਹਿਤਰ ਇਹ ਗੱਲ ਕਹਿੰਦਾ ਕਿ ਜੰਗ ਦੇ ਟਾਈਮ ਚ ਤੁਸੀਂ ਸ਼ਾਸਤਰ ਰੱਖੋ ਤੇ ਪਿੱਛੋਂ ਜਨੇਊ ਪਾਓ ਕੇਵਲ ਕੁੰਜੀ ਬੰਨਣ ਵਾਸਤੇ ਤੇ ਤੱਕੜੀ ਵੱਟਾ ਰੱਖੋ ਜੇ ਉਹਦਾ ਪੈਰੋਕਾਰ 230 ਗਰਨੇਡ ਰੱਖ ਸਕਦਾ ਪਵਨ ਕੁਮਾਰ ਤੇ ਜਿਹਦੇ ਪਿਤਾ ਨੇ ਪੁੱਤਰ ਆਪਦੇ ਨੂੰ ਕਿਹਾ ਹੋਵੇ ਤੇ ਕੋਈ ਸ਼ਾਸਤਰ ਨਾ ਰੱਖੇ ਭੇਡ ਵਰਗਾ ਭੇਡ ਵਰਗਾ ਬਿਨਾਂ ਸ਼ਾਸਤਰ ਕੇਸ ਨੂੰ ਮੁੜ ਕੇ ਭੇਡ ਦਾ ਉਹਨੇ ਬਚਨ ਕਹੇ ਆ ਤੇ ਫਿਰ ਉਹਦਾ ਪੁੱਤ ਦੇ ਭਲਾ ਹਥਿਆਰ ਰੱਖ ਵੀ ਲੱਗਦਾ ਕਿਹੜੀ ਦੇਵਤਾ ਪੈ ਜਾਏਗੀ ਜੇ ਆਪਾਂ ਘੱਟ ਗਿਣਤੀ ਚ ਉਹ 230 ਰੱਖਦੇ ਆ ਤੁਸੀਂ ਤੀਆਂ ਦਾ ਤਿਆਗ ਕਰਦੇ 200 ਤੋਂ ਇੱਕ ਜਣੇ ਰੱਖਿਆ ਕਰੋ ਨਾ ਜੇ ਲਸੰਸ ਬਣਾਉਂਦੇ ਨੇ ਬਣੇ ਰੱਦ ਕਰੀ ਜਾਂਦੇ ਆ ਚੁੱਕ ਕੇ ਰੈਫਲਾ ਤੇ ਹਥਿਆਰ ਉਹਨਾਂ ਨੂੰ ਫੜਾ ਦਿਓ ਤੇ ਕੱਲ ਨੂੰ ਜਿਨ੍ਹਾਂ ਦੇ ਕੋਲ ਰਾਜ ਹੈ ਉਹ ਨਜਾਇਜ਼ਗੀ ਤੇ ਜਾਇਜ਼ ਵੀ ਸਾਰਾ ਕੁਝ ਲੈ ਕੇ ਤੁਹਾਡੀ ਛਾਤੀ ਤੇ ਬਹਿ ਗਏ ਉਦੋਂ ਕੀ ਕਰੋਗੇ ਕਹੋਗੇ ਕੀ ਕਿਸੇ ਨੂੰ ਸ਼ਾਸਤਰ ਜ਼ਰੂਰ ਰੱਖੋ ਆਨੰਦਪੁਰ ਦਾ ਮਤ ਜੋ ਲੈਣਾ ਮੈਨੂੰ ਕਈ ਕਹਦੇ ਆਨੰਦਪੁਰ ਦਾ ਮਤਾ ਤਾਂ ਲੈਣਾ ਤੇ ਫਿਰ ਮਤ ਦਾ 6ਵਾਂ ਪੈਰਾ ਪੜ੍ਹ ਲਿਆ ਕਰੋ ਚੌਥਾ ਵੀ ਜਦੋਂ ਮੈਂ ਪੈਰਾ ਪੜ੍ਹ ਲੱਗਿਆ ਉਹਦੇ ਚ ਲਿਖਿਆ 12 ਬੋਰ ਦੀ ਜਿਹੜੀ ਰਾਈਫਲ ਹੈ ਫਿਰੀ ਮੈਂ ਤੇ ਸਪਰਿੰਗ ਫੀਲਡ ਅੱਖਰ ਤੁਹਾਨੂੰ ਉਹਦੇ ਚ ਨਹੀਂ ਤਾਰੇ ਬਲੂਕ ਅੱਖਰ ਕਰਕੇ ਮੈਂ ਕਹਿ ਰਿਹਾ ਤੇ ਪੈਰ ਬੈਨ ਤੱਕ ਲਸੰਸ ਦੀ ਲੋੜ ਹੀ ਨਹੀਂ ਡਾਕਟਰ ਪਾਈ ਦੱਸਿਆ ਕਰੇ ਜੇ ਕੋਈ ਪੁੱਛਦਾ ਤੇ ਭਾਈ ਲਸੰਸ ਕਿੱਥੇ ਕਰੀ ਆਨੰਦਪੁਰ ਦਾ ਮਤ ਹੈ ਗੱਲ ਬਣਦੀ ਹੈ ਤੂੰ ਤੇ ਸਿੱਖੀ ਦੇ ਨਾਲ ਪਿਆਰ ਕਰੋ ਤੇ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਉਹ ਤੁਸੀਂ ਵੀ ਸੁਣ ਰਹੇ ਹੋ ਤੇ ਮੈਂ ਵੀ ਸੁਣ ਰਿਹਾ ਉਹਦਾ ਉਹਦਾ ਛੁੱਟਾ ਨਿਕਲ ਗਿਆ ਉਹਦੀ ਅੜੀਕ ਵਿੱਚ ਰਹੋ ਤੇ ਇਹ ਘਬਰਾਵੋ ਨਾ ਜੇ ਫਲਾਨਾ ਲਿਟ ਨਾ ਜਾਵੇ ਫਲਾਨਾ ਬਹਿ ਨਾ ਜਾਵੇ ਫਲਾਨਾ ਸੌ ਨਾ ਜਾਵੇ ਜੇ ਕੋਈ ਲਿਟੇਗਾ ਬਹੇਗਾ ਸੌਵੇਗਾ ਤੇ ਸੌਣ ਵਾਲੇ ਆਪਾਂ 10-15 ਸੌਣ ਵਾਲੇ 2 ਕਰੋੜੇ ਸੌ ਲਾਂਗੇ ਫਿਰ ਉਦੋਂ ਪਿਆਰ ਪ੍ਰਚਾਰ ਰਹੇ ਤੇ ਆਪ ਸ੍ਰੀ ਜੀ ਨੇ ਇੱਕ ਦੂਜੇ ਦੇ ਚੱਕਰ ਸੁੱਟੇ ਜੇ ਫਲਾਨੇ ਨੇ ਆਹ ਕਰ ਦਿੱਤਾ ਦੂਜੇ ਨੇ ਮੇਰੇ ਤੇ ਆਹ ਕਰ ਦਿੱਤਾ ਇਹਨਾਂ ਚੀਜ਼ਾਂ ਦਾ ਤਿਆਗ ਕਰਕੇ ਇੱਕੋ ਇੱਕ ਗੱਲ ਚੇਤੇ ਕਰੋ ਤੇ ਅਸੀਂ 1947 ਵਿੱਚ ਟੋਪੀ ਤੇ ਜਨੇਊ ਨੂੰ ਆਜ਼ਾਦ ਕਰਵਾਇਆ ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਵਾਉਣੀ ਤੇ ਗੁਲਾਮੀ ਦੇ ਥੱਲੇ ਨਹੀਂ ਰਹਿਣ ਦੇਣੀ ਇਹ ਚੇਤਾ ਰੱਖਣਾ ਪਰ ਇਹ ਤਾਂ ਕਰਵਾ ਸਕਾਂਗੇ ਪਹਿਲਾਂ ਗੁਰੂ ਵਾਲੇ ਬਣਾਂਗੇ ਨਿਤ ਪੰਗਤਿਆਂ ਪੜ੍ਹਦੇ ਰਾਜ ਕਰੇਗਾ ਖਾਲਸਾ ਹੁਣ ਵੀ ਪੜ੍ਹਨੀ ਜ਼ੋਰ ਦਾ ਕੋਈ ਰਾਜ ਕਰੇਗਾ ਖਾਲਸਾ ਆਪ ਹੀ ਰਹੇ ਨਾ ਕੋਈ ਤੇ ਜੇ ਪੁੱਛੀਏ ਭਾਈ ਕਿਰਪਾਨ ਬਾਬਾ ਜੀ ਉਹ ਤਾਂ ਕਦੇ ਪਾਈ ਨੇ ਤੇ ਜੇ ਕੁਝ ਖਾਓ ਤੇ ਪਖੰਡ ਦਾ ਫਿਰ ਜ਼ੋਰ ਚੱਲਣ ਲੱਗਾ ਇਹਨਾਂ ਫੋਟੋ ਉੱਥੇ ਰੱਖਾਂ ਸਵੇਰੇ ਸਿੰਘ ਲਿਆਉਂਦੇ ਸੰਤਾਂ ਨੇ ਰਹਿ ਕਰਕੇ ਵਿਖਾਵਾਂਗੇ ਹੈ ਬੜਾ ਦੁੱਖ ਹੋਇਆ ਉਹ ਇਸ ਨਰਕ ਧਾਰੀ ਮਸਾਂ ਕਿਸੇ ਨੇ ਮੁਕਾਇਆ ਜਿਹੜਾ ਮੁੰਡਾ ਬੈਠਾ ਗਾ ਉਹ ਤਾਂ ਪਤਾ ਨੀ ਕਿਸ ਤਰ੍ਹਾਂ ਦਾ ਸਮਾਂ ਆਉਣਾ ਤੇ ਕਿਸ ਤਰ੍ਹਾਂ ਸਿੱਖਾਂ ਨੇ ਗੁਜ਼ਰਨੀ ਹੈ ਇਹ ਤਾਂ ਨਵੇਂ ਨਰਕ ਧਾਰੀ ਕੋਈ ਬਹਿ ਗਿਆ ਆਪਣੇ ਘਰ ਵਾਲੀ ਕੋਲ ਦਿਖਾਈ ਹੈ ਇੱਕ ਪਾਸੇ ਕਹਿੰਦਾ ਮੈਂ ਅੰਮ੍ਰਿਤ ਛਕਾਉਂਦਾ ਮੈਂ ਸਿੰਘ ਸਜਾਉਂਦਾ ਤੇ ਪਤਾ ਨੀ ਕਿੱਥੋਂ ਕੋਈ ਲਗੜ ਜਾ ਚਿੜੀਆਂ ਬਟੇਰੇ ਨੂੰ ਫੜਦਾ ਉਹ ਲਿਆ ਕੇ ਪਕੜ ਕੇ ਆਪਣੇ ਘਰ ਵਾਲੀ ਦੇ ਸਿਰ ਤੇ ਬਿਠਾ ਦਿੱਤਾ ਤੇ ਕੋਲ ਆਪ ਬੈਠਾ ਤੇ ਕਹਿੰਦਾ ਮੈਂ ਬਾਜਾਂ ਵਾਲਾ ਕਿਉਂ ਤੇ ਮੇਰੇ ਘਰ ਵਾਲੀ ਦੇ ਸਿਰ ਤੇ ਬਾਜ ਬੈਠਾ ਅੱਗੇ ਬਾਜਾਂ ਵਾਲੇ ਵੀ ਹੱਥ ਤੇ ਦਿੰਦੇ ਸੀ ਹੁਣ ਕਹਿੰਦੇ ਘਰ ਵਾਲੀ ਜਿਹੜੀ ਆ ਰੀਤ ਉਹਦੇ ਚ ਬਹਿਣ ਲੱਗ ਗਏ ਇਹ ਦੁੱਖ ਦੀ ਗੱਲ ਹੈ ਹੱਥ ਵਾਲੀ ਗੱਲ ਨਹੀਂ ਸੁਣੋ ਕੁਝ ਸੋਚੋ ਕੀ ਹੋ ਰਿਹਾ ਸਾਡੇ ਨਾਲ ਗੌਰਮੈਂਟ ਕਰਵਾ ਕੀ ਰਹੀ ਹੈ ਡਾਕਟਰੇ ਕਿਰਪਾਨਾਂ ਪਵਾ ਕੇ ਫਿਰ ਕਛਹਿਰੇ ਪਵਾ ਕੇ ਆਪਣੇ ਉੱਤੇ ਬਤਰੂਕੀਏ ਪੈਦਾ ਕਰਕੇ ਤੇ ਮੁੜ ਕੇ ਆਪਣੇ ਆਪ ਨੂੰ ਬਾਜਾਂ ਵਾਲਾ ਖਵਾੜੇ ਪੁੱਤਰਾਂ ਦੇ ਦਾਨੀ ਕੱਢਣੇ ਜੁਰਤ ਕਿਵੇਂ ਪਵੇ ਪੰਜਾਬ ਦੇ ਵਿੱਚ ਕਿਸੇ ਦੀ ਬਾਜਾਂ ਵਾਲਾ ਫੋਨ ਦੀ ਤੁਸੀਂ ਹੱਸ ਪਏ ਚੁੱਪ ਕਰਕੇ ਤੈਨੂੰ ਗੱਲ ਸੁਣ ਕੇ ਚੰਗੀ ਧਰ ਤੋਂ ਬਿਨਾਂ ਫਿਰ ਪਾ ਕੇ ਉਹਦੀ ਬਾਜਾਂ ਵਾਲਾ ਫੋਨ ਦੀ ਘਰ ਵਾਲੀ ਦੇ ਸਿਰ ਤੇ ਬਿਠਾ ਦਿੱਤਾ ਸਭ ਨੇ ਬਾਜਾਂ ਵਾਲਾ ਉਹਨਾਂ ਲੋਕਾਂ ਤੋਂ ਬਚਣਾ ਨਾਮ ਅੱਜ ਤਾਂ ਨਹੀਂ ਲਿਆ ਜੇ ਸੰਤਾਂ ਨੇ ਰਹਿ ਨਹੀਂ ਸੀ ਕਰ ਸਕਿਆ ਉਹਨਾਂ ਨਾਲ ਵਿਚਾਰ ਕਰਕੇ ਤੇ ਤੁਹਾਡੇ ਸਾਹਮਣੇ ਤਸਵੀਰ ਰੱਖਣ ਕੱਲ ਨੂੰ ਫੋਟੋ ਵੀ ਲਿਆ ਕੇ ਦੇਵਾਂਗਾ ਉਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਹੈ ਜਿਵੇਂ ਜਿਵੇਂ ਗੌਰਮੈਂਟ ਨਾਲ ਟੱਕਰ ਹੈ ਕਿਵੇਂ ਕਿਵੇਂ ਉਹਨਾਂ ਦੇ ਜਿਹੜੇ ਪਾਲਤੂ ਇਹ ਜੇ ਧਾਰੀ ਪਖੰਡੀ ਪੈਦਾ ਹੋ ਰਹੇ ਹੈ
ਉਹਨਾਂ ਵਾਲੀ ਨਿਗਰਾਨੀ ਰੱਖਣੀ ਪਵੇਗੀ ਤਾਂ ਪੱਗ ਤੇ ਸ੍ਰੀ ਸਾਹਿਬ ਦੀ ਰੱਖਿਆ ਹੋ ਸਕੇਗੀ ਨਹੀਂ ਤਾਂ ਨਹੀਂ ਹੋ ਸਕਣੀ ਤੇ ਆਪ ਸ੍ਰੀ ਦੀ ਪਿਆਰ ਪ੍ਰਚਾਰ ਆਪ ਸ੍ਰੀ ਦੀ ਮਿਲ ਕੇ ਰਹੇ ਤੇ ਗੌਰਮੈਂਟ ਨਾਲ ਪਿਆਰ ਪ੍ਰਚਾਰ ਢਿੱਲਣੀ ਕਿਸੇ ਪ੍ਰਕਾਰ ਦੀ ਕਰਨੀ ਜਿਹੜਾ ਢਿੱਲ ਕਰੇਗਾ ਤੇ ਜਾਂ ਗਦਾਰੀ ਦਾ ਕੰਮ ਕਰੇਗਾ ਗੁਰੂ ਦਾ ਦੇਣਦਾਰ ਹੋਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਦੇ ਚਰਨਾਂ ਚ ਨਮਸਕਾਰ ਕਰੀਏ ਸਾਨੂੰ ਬਲ ਬਖਸ਼ੋ ਜਿਹਨੇ ਚਮਕੌਰ ਦੀ ਗਲੀ ਤੋਂ ਇੱਕ ਇੱਕ ਨੂੰ ਕੱਢ ਕੇ ਸਵਾ ਸਵਾ ਲੱਖ ਦੇ ਬੱਕਰੇ ਕਰਵਾਏ ਹੈ ਇਹੋ ਜਿਹਾ ਤੇ ਮਕਸਦ ਜਿਸ ਤਰ੍ਹਾਂ ਤੇਰੀ ਤੇਰੇ ਘਰ ਦੀ ਤੇਰੇ ਦਰ ਦੀ ਉਸ ਆਸਰਾ ਲੈ ਕੇ ਤੇਰੀ ਬਖਸ਼ੀ ਹੋਈ ਸਿੱਖੀ ਨੂੰ ਅਸੀਂ ਪੂਰ ਦ੍ਰਿੜਤਾ ਦੇ ਨਾਲ ਪਾ ਸਕੀਏ ਇਹ ਸਾਡੇ ਤੇ ਕਿਰਪਾ ਕਰੋ ਇੰਨੀ ਬੇਨਤੀ ਕਰਦਾ ਸੇਵਾ ਮੰਗਦਾ ਹੈ ਬੋਲਦਾ ਕੋਈ ਗਲਤੀ ਹੋਵੇ ਤੇ ਮਾਫ਼ੀ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਅਤੇ ਆਸ਼ੀਰਵਾਦ ਆਓ ਸੰਤ ਜੀ ਦਾ ਸਨਮਾਨ ਕਰੀਏ ਤੇ ਫਿਰ ਉਹਨਾਂ ਦੇ ਪੰਥਕ ਵਿਚਾਰ ਸੁਣੀਏ ਬੋਲੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬੋਲੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜ ਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ ਸਭ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਜੀ ਜੋ ਧਰਮ ਜਦ ਮੋਰਚੇ ਦੇ ਨਾਂ ਉੱਪਰ ਕਾਫੀ ਸਮੇਂ ਤੋਂ ਇਹ ਸੰਘਰਸ਼ ਜਾਰੀ ਹੈ ਬਿਆਨ ਤੇ ਇਸ ਵਿੱਚ ਗ੍ਰਿਫਤਾਰੀਆਂ ਤੇ ਸ਼ਹੀਦੀਆਂ ਹੋ ਚੁੱਕੀਆਂ ਹਨ ਸਮੇਂ ਸਮੇਂ ਮੁਤਾਬਕ ਗੌਰਮੈਂਟ ਨੇ ਇਸ ਨੂੰ ਸੇਲ ਕਰਨ ਵਾਸਤੇ ਆਪਣਾ ਪੂਰਾ ਯਤਨ ਕੀਤਾ ਹੈ ਸਤਿਗੁਰੂ ਜੀ ਦੀ ਦਿਆਲਤਾ ਦਾ ਸਦਕਾ ਮੁੜ ਰਹੇ ਮੋੜ ਮੁਤਾਬਕ ਪੰਥ ਦੀ ਸਾਹਿਬ ਘੰਟਾ ਸਾਹਿਬ ਚੱਲ ਰਿਹਾ ਹੈ ਹੁਣੇ ਹੁਣੇ ਜੋ ਤੁਸੀਂ ਭਾਈ ਬਲਵੰਤ ਸਿੰਘ ਦੇ ਪਾਸੋਂ ਸੁਣਿਆ ਸੀ ਜਿੰਦੇ ਤੇ ਦੇ ਢੰਗ ਦੇ ਨਾਲ ਦੂਜੀ ਇੰਦਰਾ ਆਪਣੇ ਵੱਲੋਂ ਕੁਝ ਗੱਲਾਂ ਕਹਿ ਰਹੀ ਹੈ ਜਿਸ ਤਰ੍ਹਾਂ ਕਿ ਸ਼ਹਿਰ ਬਾਰੇ ਦੱਸ ਦਿੱਤਾ ਪੈਰ ਦਾ ਥਾਂ ਟਿਕਾਣਾ ਕੋਈ ਨੀ ਦੱਸਿਆ ਲਾਗੇ ਲਾਗੇ ਕਿਹਾ ਪਤਾ ਨੀ ਲੱਗਦਾ ਕਿੱਥੇ ਕੋਨਾਂ ਦਾ ਹੋਵੇਗਾ ਦੂਜਾ ਕਿਰਪਾਨ ਦੀ ਗੱਲ ਕੀਤੀ ਗਈ ਹੈ ਗੱਲ ਕਦੇ ਵੀ ਕਿਸੇ ਸਿੱਖ ਨੇ ਪ੍ਰਵਾਨ ਨਹੀਂ ਕਰਨੀ ਤੇ ਅਫਸੋਸ ਵੀ ਹੈ ਮਨ ਵਿੱਚ ਜਿਤਨੀ ਕੁ ਜਾਣਕਾਰੀ ਦਾਸ ਨੂੰ ਹੈ ਇਤਿਹਾਸ ਦੁਆਰਾ ਦੇ ਮਹਾਂਪੁਰਖਾਂ ਦੀ ਰਚਨਾ ਦੁਆਰਾ ਕਦੇ ਵੀ ਕਿਸੇ ਧਰਮ ਦੇ ਉੱਪਰ ਚੱਲਣ ਵਾਲੇ ਕਿਸੇ ਵਿਅਕਤੀ ਨੇ ਆਪਣੇ ਧਾਰਮਿਕ ਤਿੰਕੇ ਪਾਬੰਦੀ ਨਹੀਂ ਲਗਾਈ ਜੇ ਕਿਸੇ ਨੇ ਜ਼ਬਰਦਸਤੀ ਲਾਈ ਹੈ ਤੇ ਉਸਨੂੰ ਸਹਿਣ ਨਹੀਂ ਕੀਤਾ ਭਾਵੇਂ 6 ਇੰਚੀ ਕਹਿ ਦੇਵੇ 9 ਇੰਚੀ ਕਹਿ ਦੇਵੇ ਸਿੱਖ ਬਰਦਾਸ਼ਤ ਨਹੀਂ ਕਦੇ ਕਰੇਗਾ ਇਸਨੂੰ ਕਿਉਂਕਿ ਇਹ ਸਾਡਾ ਇੱਕ ਅਟੁੱਟ ਅੰਗ ਹੈ ਕਿਰਪਾਨ ਮੂੰਗਫਲੀ ਵਿੱਚ ਨਹੀਂ ਆਈ ਕੋਈ ਮੂੰਗੀ ਵੇਚ ਕੇ ਨਹੀਂ ਲਿਆਂਦੀ ਇਹ ਸਿਰ ਦੇ ਕੇ ਲਈ ਹੈ ਜਿਹੜੀ ਚੀਜ਼ ਸਿਰ ਦੇ ਕੇ ਲਈ ਹੋਵੇ ਤੇ ਉਹ ਸਾਡੇ ਉੱਪਰ ਪਾਬੰਦੀ ਲਾਉਣ ਜਿਹੜੇ ਟੋਪੀਆਂ ਲੈ ਕੇ ਤਿਰੰਗੇ ਦੀ ਪਹੁੰਚ ਰੱਖਦੇ ਹੋਣ ਉਹਨਾਂ ਨੂੰ ਹੱਥ ਕੀ ਹੈ ਸਾਡੀ ਕਿਰਪਾਨ ਤੇ ਪਾਬੰਦੀ ਲਾਉਣ ਦਾ ਕਿਰਪਾਨ ਜਿਤਨੀ ਸਿੱਖ ਰੱਖ ਸਕੇ ਉਤਨੀ ਵੱਡੀ ਰੱਖਣੀ ਚਾਹੀਦੀ ਹੈ 6 ਇੰਚੀ 9 ਇੰਚੀ ਜਿਹੜੀ ਕਹਿੰਦੇ 9 ਇੰਚੀ ਤਾਂ ਹੁੰਦਾ ਵੀ ਘੱਟ ਤੋਂ ਘੱਟ ਸਿੱਖ ਨਹੀਂ ਰੱਖੇ ਦਾ ਕਾਰਨ ਹੈ ਕੋਈ ਕੰਗੇ ਵਾਲੀ ਕਿਰਪਾਨ ਭਾਵੇਂ ਕਈ ਵਾਰ ਰੱਖ ਲੈਂਦੇ ਹਾਂ ਚਿੰਨ ਵਜੋਂ ਘੱਟ ਤੋਂ ਘੱਟ 9 ਇੰਚੀ ਪੈਣ ਦੇ ਵਿੱਚ ਕੁਝ ਰਾਇਦ ਹੈ ਭੇਦ ਹੈ ਕੁਝ 9 ਇੰਚੀ ਕਿਰਪਾਨ ਗਾਤਰੇ ਹੋਵੇ ਛੋਟੇ ਤੋਂ ਛੋਟਾ ਹਥਿਆਰ ਹੈ ਰਾਹ ਵਿੱਚ ਜਾ ਰਹੇ ਹਾਂ ਕੋਈ ਡਾਂਗ ਛੋਟਾ ਕੋਈ ਬਰਛਾ ਰਾਇਫਲ ਕੋਲ ਨਹੀਂ ਅਚਾਨਕ ਰਸਤੇ ਵਿੱਚ ਕੋਈ ਭੈੜੇ ਖਿਆਲਾਂ ਦਾ ਬੰਦਾ ਮਿਲ ਜਾਂਦਾ ਤੇ ਇਜਤ ਲੁਕਣੀ ਚਾਹੇ ਉਸ ਵੇਲੇ ਜੇ 9 ਇੰਚੀ ਦੀ ਕਿਰਪਾਨ ਹੋਵੇਗੀ ਘੱਟ ਤੋਂ ਘੱਟ ਆਪਣੇ ਸਰੀਰ ਦੀ ਰਾਖੀ ਜ਼ਰੂਰ ਬੰਦਾ ਕਰ ਲਵੇਗਾ ਇਹ ਮੁੱਖ ਮੰਤਰ ਵੀ ਹੈ ਨਾਲ ਕਿਰਪਾਨ ਦੇ ਅਰਥ ਹੈ ਕਿਰਪਾ ਆਮ ਮਜ਼ਲੂਮ ਤੇ ਕਿਰਪਾ ਕਰਨੀ ਆਪਣੀ ਆਨ ਸ਼ਾਨ ਨੂੰ ਉੱਚਾ ਰੱਖਣਾ ਉਹਨੂੰ ਕਿਰਪਾਨ ਕਿਹਾ
ਸੰਜੇ ਵਾਲੀ ਦੇ ਨਾਲ ਇਹ ਦੋ ਚੀਜ਼ਾਂ ਨਹੀਂ ਹੋ ਸਕਦੀਆਂ, ਨਾ ਤਾਂ ਕਿਰਪਾ ਕਿਸੇ ਦੇ ਕੀਤੀ ਜਾਣੀ ਹੈ। ਕਿਰਪਾ ਤਾਂ ਹੀ ਕਰੇਗਾ ਨਾ ਕਿਸੇ ਨੂੰ ਕੋਈ ਤੰਗ ਕਰਦਾ, ਧੀ ਭੈਣ ਦੀ ਜਿੱਤ ਲੁੱਟਦਾ, ਉਹਨੂੰ ਬਚਾਉਣਾ ਹੋਵੇ, ਸੰਜੇ ਵਾਲੀ ਨੂੰ ਕਿਵੇਂ ਬਚਾਵਾਂਗੇ? ਇਸ ਵਾਸਤੇ ਘੱਟ ਤੋਂ ਘੱਟ 9 ਇੰਚੀ ਕਿਹਾ ਤੇ ਜੇ ਗੌਰਮੈਂਟ ਨੇ ਇਹ ਕਹਿ ਦੇਣਾ ਕਿ 9 ਇੰਚੀ ਤੋਂ ਕਿਰਪਾ ਹੀ ਨਹੀਂ ਸਕਦਾ ਤੇ ਜਥੇਬੰਦੀਆਂ ਨੂੰ ਇਹਦਾ ਕੀ ਫਾਇਦਾ ਹੋਵੇਗਾ? ਸਾਡੇ ਵਰਗੇ ਨੇ ਫੁੱਟ ਤਾਂ ਘੱਟ ਤਾਂ ਸੌਣ ਲੱਗਿਆ ਵੀ ਰੱਖਣੀ ਤੇ ਜਹਾਜ਼ ਤੇ ਚੜ੍ਹ ਲੱਗਾ 3.5 ਫੁੱਟੀ ਨਾਲ ਰੱਖਣੀ ਹੈ। ਇਹ ਫਾਰਮੂਲਾ ਉਹਦੇ ਕਿਵੇਂ ਸੂਟ ਆਵੇਗਾ? ਇਹ ਜਿੰਦੇ ਕਿਰਪਾਨ ਤੇ ਪਾਬੰਦੀ ਲਾਉਣੀ ਮੈਂ ਸਮਝਦਾ ਹਾਂ ਕਿ ਆਪਣੇ ਧਰਮ ਤੇ ਪਾਬੰਦੀ ਲੱਗਣੀ ਹੈ। 31 ਤਵੀ ਤੇ ਪਹਿਲਾਂ ਬਹਿਣਾ ਪਿਆ, 31 ਤਵੀ ਤੇ ਬੈਠ ਕੇ ਸੀਸ ਦੇਣਾ ਪਿਆ। ਸੀਸ ਦੇਣ ਤੋਂ ਪਿੱਛੋਂ ਮੀਰੀ ਪੀਰ ਦੇ ਮਾਲਕ ਨੇ 2 ਪਹਿਨੀਆਂ। ਕਿਹੜੀ ਪਾਬੰਦੀ ਸੀ ਉਦੋਂ? ਇਹੀ ਪਾਬੰਦੀ ਸੀ ਨਾ ਜਹਾਂਗੀਰ ਦੀ, ਸਿੱਖ ਸ਼ਸਤਰ ਨਹੀਂ ਰੱਖ ਸਕਦਾ, ਸਿੱਖ ਘੋੜੇ ਤੇ ਨਹੀਂ ਚੜ੍ਹ ਸਕਦਾ, ਸਿੱਖ ਸਿਰ ਤੇ ਦਸਤਾਰ ਨਹੀਂ ਸਜਾ ਸਕਦਾ, ਸਿੱਖ ਧਾਤ ਦੇ ਭਾਂਡੇ ਵਿੱਚ ਲੰਗਰ ਪਾਣੀ ਨਹੀਂ ਖਾ ਪਕਾ ਸਕਦਾ, ਸਿੱਖ ਨਗਾਰਾ ਨਹੀਂ ਵਜਾ ਸਕਦਾ, ਸਿੱਖ ਨਿਸ਼ਾਨ ਨਹੀਂ ਚਲਾ ਸਕਦਾ, ਸਿੱਖ ਫੌਜ ਨਹੀਂ ਰੱਖ ਸਕਦਾ। ਇਹ ਸਾਰੀਆਂ ਜੰਜੀਰਾਂ ਜਹਾਂਗੀਰ ਨੇ ਸਿੱਖਾਂ ਦੇ ਗਲਾਂ ਵਿੱਚ ਪਾਈਆਂ ਹੋਈਆਂ ਸੀ, ਕੌਮ ਦੇ ਗਲ ਵਿੱਚ ਪਾਈ ਹੋਈ ਸੀ ਜੰਜੀਰੀ। ਤਾਂ ਇਸ ਜੰਜੀਰੀ ਨੂੰ ਤੋੜਨ ਵਾਸਤੇ ਮੀਰੀ ਪੀਰ ਦੇ ਮਾਲਕ ਦਲ ਭੰਗਨਗਰ ਸੂਰਮਾ ਵਰਗੇ ਦਾ ਬਹੁਤ ਪਰਉਪਕਾਰੀ ਜੀ ਨੇ 11 ਸਾਲ ਦੀ ਉਮਰ ਵਿੱਚ ਪੜਨ ਕੀਤਾ। ਪੜਨ ਕਰਨ ਦੇ ਟਾਈਮ ਤੇ ਕਹਿ ਦਿੱਤਾ ਕਿ ਤੁਕਰਮੀ, ਦਿਵਚਾਰੀ, ਵਿਸ਼ਵਾਸ ਘਾਤੀ, ਮਿੱਤਰ ਧਰੋਹੀ, ਝੂਠਾ ਤੇ ਡਾਕੂ, ਚੋਰ, ਯਾਰ, ਠੱਗ, ਇਹਨਾਂ ਲੋਕਾਂ ਨੂੰ ਜਿੰਨੇ ਪਾਪ ਲੱਗਦੇ ਹੈ ਭੈੜੀ ਕਮਾਈ ਕਰਨ ਵਾਲਿਆਂ ਨੂੰ, ਉਹ ਸਾਰੇ ਦੋਸ਼, ਉਹ ਸਾਰੇ ਪਾਪ ਸਾਨੂੰ ਲੱਗਣ ਜੇ ਅਸੀਂ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦਾ ਹੱਥ ਚੰਗੀ ਦੇ ਨੱਕ ਤੇ ਨਕੇਲ ਪਾ ਕੇ ਨਾ ਲਈਏ। ਤੂੰ ਜਦੋਂ ਬਚਨ ਕੀਤੇ ਤੇ ਉਸ ਵੇਲੇ ਅੱਜ ਵੀ ਜਿਵੇਂ ਕਈਆਂ ਨੂੰ ਜਰਾ ਕੁ ਪ੍ਰਚਾਰ ਥੋੜਾ ਜਿਹਾ ਸਲੂਣਾ ਦਾ ਹੋਵੇ ਨਾ, ਬਹੁਤਾ ਤਾਂ ਨਹੀਂ, ਥੋੜਾ ਜਿਹਾ ਗਰਮ ਹੋਵੇ ਮਾੜਾ ਜਿਹਾ, ਮੁੜ ਪੈਣ ਲੱਗ ਪੈਂਦਾ ਤੇ ਵੀ ਬੜਾ ਕੰਮ ਗਰਮ ਹੋ ਗਿਆ, ਤਲਖੀ ਪੈਦਾ ਹੁੰਦੀ ਹੈ ਤੇ ਠੀਕ ਨਹੀਂ। ਇੱਕ ਪਾਸੇ ਗੌਰਮੈਂਟ ਹੈ, ਇੱਕ ਪਾਸੇ ਅਸੀਂ ਮਾਮੂਲੀ ਦੇ ਸਿੱਖ ਹਾਂ, ਅਸੀਂ ਜਨਤਾ ਹਾਂ। ਉਸ ਵੇਲੇ ਵੀ ਮਾਤਾ ਗੰਗਾ ਜੀ ਦੇ ਗੋਡੇ ਨਾਲ ਲੱਗ ਕੇ ਵੱਡੇ ਵੱਡੇ ਚੱਡਾਂ ਵਾਲਿਆਂ ਨੇ ਜਿਹੜੇ ਸਾਡੇ ਵਰਗੇ ਪ੍ਰਸ਼ਾਸਕ ਵਾਲੇ ਸੀ, ਉਹਨਾਂ ਨੇ ਜਾ ਕੇ ਕਿਹਾ ਮਾਤਾ ਜੀ ਆਪ ਜੀ ਦੇ ਲਾਲ ਨੂੰ ਕੀ ਹੋ ਗਿਆ? ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛੋਟੀ ਜਿਹੀ ਉਮਰ ਹੈ, ਨਾ ਪੈਸਾ ਕੋਲ, ਨਾ ਹਥਿਆਰ ਕੋਲ, ਨਾ ਕੋਈ ਫੌਜ ਕੋਲ, ਤੇ ਐਲਾਨ ਕਰ ਦਿੱਤਾ ਚੰਦੂ ਦੇ ਨਾਂ ਤੇ ਨਕੇਲ ਪਾਵਾਂਗੇ। ਚੰਦੂ ਜਹਾਂਗੀਰ ਦਾ ਵਜ਼ੀਰ ਸੀ, ਬਹੁਤ ਨਿਕਟਵਰਤੀ ਸੀ ਤੇ ਮਾਤਾ ਜੀ ਇਹ ਬੜਾ ਧੋਖਾ ਹੋਵੇਗਾ। ਸਾਹਿਬਜ਼ਾਦਾ ਜੀ ਨੇ ਜੋਸ਼ ਵਿੱਚ ਕਹਿ ਦਿੱਤਾ, ਕਈ ਵਾਰੀ ਸਿੰਘ ਕਹਿੰਦੇ ਨੇ ਤੈਨੂੰ ਕਹਿੰਦੇ ਹੈ, ਤੂੰ ਜੋਸ਼ ਨਾਲ ਬੋਲਦਾ ਹੋਸ਼ ਨਾਲ ਨਹੀਂ। ਜੇ ਸਿੱਖ ਅਲਪਗਤਾ ਵਿੱਚ ਆ ਕੇ, ਅਗਿਆਨਤਾ ਵਿੱਚ ਆ ਕੇ ਆਪਣੇ ਗੁਰੂ ਨੂੰ ਕਹਿਣ ਤੋਂ ਸੰਕੋਚ ਨਹੀਂ ਕਰਦਾ ਤੇ ਜੋਸ਼ ਨਾਲ ਬੋਲਦੇ ਭਲੇਖੇ ਪੈ ਗਿਆ ਸਿੱਖ, ਤੇ ਮੇਰੇ ਵਰਗੇ ਵਾਸਤੇ ਕਹਿ ਦੇਣਾ ਤਾਂ ਬਹੁਤ ਮਾਮੂਲੀ ਜੀ ਗੱਲ ਹੈ। ਛੇਵੇਂ ਪਾਤਸ਼ਾਹ ਬਾਰੇ ਵੀ ਕਿਹਾ ਸੀ ਜੇ ਜੋਸ਼ ਨਾਲ ਬੋਲਦੇ ਆ, ਜਾਂ ਜ਼ਿੰਮੇਵਾਰੀ ਨਾਲ ਬੋਲਦੇ ਆ, ਐਲਾਨ ਸਟੇਜ ਤੋਂ ਕਾਲ ਤਖ਼ਤ ਸਾਹਿਬ ਤੋਂ ਕਰ ਦਿੱਤਾ ਹੈ, ਜਹਾਂਗੀਰ ਨਾਲ ਜੰਗ ਕਿਵੇਂ ਹੋਵੇਗਾ? ਸਤਿਗੁਰੂ ਜੀ ਸ਼ਾਮ ਨੂੰ ਘਰੇ ਗਏ, ਮਹਿਲਾਂ ਵਿੱਚ ਗਏ, ਜਗਤ ਮਾਤਾ ਗੰਗਾ ਜੀ ਨੇ ਪੁੱਛਿਆ ਲਾਲ ਜੀ ਤੁਹਾਡੇ ਅੱਜ ਸ਼ਿਕਾਇਤ ਆਈ ਹੈ, ਸਿੱਖਾਂ ਨੇ ਆਹ ਬੇਨਤੀ ਕੀਤੀ ਹੈ, ਦੱਸੋ ਮਾਤਾ ਜੀ ਕੀ ਹੈ? ਤੁਸੀਂ ਐਲਾਨ ਕਰ ਦਿੱਤਾ ਕਿ ਚੰਦੂ ਦੇ ਨਾਂ ਤੇ ਨਕੇਲ ਨਾ ਪਾਈਏ ਤੇ ਆਹ ਦੋਸ਼ ਸਾਨੂੰ ਲੱਗਣੇ, ਆਹ ਮਾਤਾ ਜੀ ਕਿਹਾ ਹੈ। ਇਹ ਖਤਰਨਾਕ ਗੱਲ ਹੈ ਮਾਤਾ ਜੀ ਉਹਨਾਂ ਵਾਸਤੇ ਜਿਹਨਾਂ ਨੂੰ ਸ਼ਰਧਾ ਨਹੀਂ, ਜਿਹੜੇ ਨੇਸੇ ਤੋਂ ਖਿੜਕੇ ਲੋਕਾਂ ਨੂੰ ਸਮਾਂ ਆਵੇਗਾ, ਜੋ ਬਚਨ ਰੋਕਣਾ ਤੋਂ ਕਦਿਆ ਪੂਰਾ ਕਰਾਂਗੇ, ਨਕਲਿਤ ਨਕੇਲ ਜ਼ਰੂਰ ਪਾਵਾਂਗੇ। ਖਾਲਸਾ ਜੀ ਸਮਾਂ ਆਇਆ, ਮੇਰੇ ਚੌਧਰੀ ਪ੍ਰੀਤਮ ਨੂੰ ਸ਼ਹੀਦ ਕਰਨ ਵਾਸਤੇ ਚੰਦੂ ਨੇ ਪੂਰਾ ਯਤਨ ਕੀਤਾ, ਜਹਾਂਗੀਰ ਨੂੰ ਪ੍ਰੇਰ ਕੇ ਜੋਤੀਆਂ ਦੁਆਰਾ ਸਹਾਰ ਕੇ ਮੀਰੀ ਪੀਰ ਦੇ ਮਾਲਕ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਸੱਦ ਲਿਆ, ਉੱਥੇ ਪੁੱਛਿਆ ਭਾਈ ਕਿਸ ਵਾਸਤੇ ਸਾਨੂੰ ਬੁਲਾਇਆ? ਅਸੀਂ ਸਾਰ ਸੱਚੀ ਚੜ੍ਹੀ ਹੈ, ਤੁਸੀਂ ਇਸੇ ਕੋਈ ਤਪੱਸਿਆ ਕਰੋ, ਜਾਪ ਕਰੋ, ਜਹਾਂਗੀਰ ਦੀ ਸਾਰ ਸੱਚੀ ਚੜ੍ਹ ਜਾਵੇ।
ਮਹਾਰਾਜ ਕੁਝ ਮੁਸਕਰਾ ਕੇ ਨੂਰੀ ਚਿਹਰਾ ਮੇਰੇ ਚੋਦੀ ਪ੍ਰੀਤਮ ਦਾ ਸੱਚ ਕੇ ਕਹਿਣਗੇ ਜੀਵੇ ਤੇ ਚੜ੍ਹੀ ਉਸੇ ਤੇ ਚੜ੍ਹੀ ਤੇਰੇ ਤੇ ਕਹਿਣੀਆਂ ਜਹਾਂਗੀਰ ਇੰਨੀ ਗੱਲ ਸਤਿਗੁਰੂ ਨੇ ਕਹਿ ਕੇ ਉੱਥੇ ਰਹਿਣ ਲੱਗ ਪਏ ਉੱਥੇ ਰਹਿ ਕੇ ਸਮਾਂ ਬਤੀਤ ਕੀਤਾ ਭਾਈ ਜੇਠਾ ਤੇ ਭਾਈ ਪੁਰਾਣਾ ਜੀ ਦਿੱਤੇ ਹੋਏ ਸਮੇਂ ਤੋਂ ਉਪਰੰਤ ਸ਼ੇਰ ਦਾ ਰੂਪ ਧਾਰ ਕੇ ਛਾਤੀ ਤੇ ਚੜ੍ਹੇ ਜਹਾਂਗੀਰ ਨੂੰ ਨੀਂਦ ਨਹੀਂ ਆਉਂਦੀ ਇੰਚ ਬੇਗ ਨੂੰ ਸਤਿਗੁਰੂ ਦੇ ਪਾਸ ਭੇਜਿਆ ਨਾਲ ਵਜ਼ੀਰ ਖਾਂ ਨੂੰ ਭੇਜਿਆ ਸਤਿਗੁਰੂ ਦੇ ਦਰਸ਼ਨ ਕੀਤੇ ਮੁਲਾਕਾਤਾਂ ਕੀਤੀਆਂ ਗੱਲ ਕੀਤੀ ਵੀ ਆਪ ਜੀ ਕਿਰਪਾ ਕਰੋ ਕਿਲ੍ਹਾ ਛੱਡ ਦਿਓ ਸਤਿਗੁਰੂ ਕਹਿਣਗੇ ਪੱਲੇ ਨਹੀਂ ਛੱਡਾਂਗੇ ਆਹ ਜਿਹੜੇ ਬਵੰਜਾ ਪਹਿਲਾਂ ਤੈਅ ਕੀਤੇ ਇਹਨਾਂ ਨੂੰ ਵੀ ਛੱਡੋ ਵਾਪਸ ਚਲਾ ਗਿਆ ਤਿੰਚ ਦੇਵ ਜਾ ਕੇ ਕਹਿਣ ਲੱਗਾ ਬਾਦਸ਼ਾਹ ਗੁਰੂ ਸਾਹਿਬ ਕਹਿ ਕਹਿੰਦੇ ਆ ਉਹ ਕਹਿਣ ਲੱਗਾ ਕਿ ਬੜਾ ਦੌਦਾ ਕਿ ਫਸੇ ਆ ਜੇ ਤਾਂ ਰਾਜੇ ਛੱਡਦਾ ਤੇ ਨੀਤੀ ਤੋਰ ਤੇ ਜੇ ਗੁਰੂ ਸਾਹਿਬ ਨੂੰ ਨੀ ਛੱਡਦਾ ਤੇ ਰਾਤ ਨੂੰ ਸ਼ੇਰਾਂ ਨੇ ਫਿਰ ਛਾਤੀ ਤੇ ਚੜ ਜਾਣਾ ਮਸਾ ਮਸਾ ਰਾਤ ਤੱਕ ਕੱਟੀ ਹੈ ਉਸ ਵੇਲੇ ਤਿੰਚ ਦੇਵ ਨੇ ਸਲਾਹ ਦਿੱਤੀ ਤੇ ਜੋ ਸਰੀਰ ਹੈ ਤੇ ਸਾਰਾ ਕੁਝ ਹੈ ਤੇਰਾ ਰਾਜਾ ਨਾਲ ਗੁਰੂ ਸਾਹਿਬਾਨ ਸਮਝੌਤਾ ਕਰਾ ਦੇਣਗੇ ਜਾ ਕੇ ਚਰਨ ਪਕੜ ਲੈ ਰਾਜਾ ਨੂੰ ਵੀ ਛੱਡਦੇ ਤੇ ਗੁਰੂ ਨੂੰ ਛੱਡਦੇ ਨਹੀਂ ਤੇ ਰਾਤ ਨੂੰ ਤੇਰਾ ਮੱਤੂ ਬੰਨ ਦੇਣਾ ਸੁਣ ਕੇ ਸਤਿਗੁਰੂ ਦੇ ਪਾਸ ਗਿਆ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਉੱਥੋਂ ਨਿਕਲ ਜਾਵੋ ਜਿਹੜੇ ਚੋਰੇ ਵੀ ਤਣੀ ਪਕੜ ਕੇ ਨਿਕਲ ਜਾਣਗੇ ਉਹਨਾਂ ਨੂੰ ਨਾਲ ਇਹਦੇ ਸ਼ੈਤਾਨੀ ਕਰਦਾ ਚਲਾਕੀ ਕਰਦਾ ਪਰ ਗੁਰੂ ਪੂਰਾ ਹੋਵੇ ਛੱਜੇਗਾ ਕੌਣ ਕੱਚਾ ਨਰਕ ਧਾਰ ਜਾਵੇ ਭਾਵੇਂ ਗੱਡੀ ਚੜ ਜਾਵੇ ਛੱਜਿਆ ਜਾਵੇ ਪੂਰਨ ਗੁਰੂ ਨੀ ਛੱਜਿਆ ਜਾਂਦਾ ਖਾਲਸਾ ਵੀ ਬਵੰਜਾ ਕਲੀਆਂ ਦਾ ਚੋਲਾ ਪਾਇਆ ਚੋਲਾ ਪਵਾ ਕੇ ਬਵੰਜਾ ਦੇ ਬਵੰਜਾ ਰਾਜੇ ਭਰਵਾ ਕੇ ਬੰਦੀ ਛੋੜ ਮਾਇਆ ਪਿਆ ਉਹ ਚੋਦੀ ਪ੍ਰੀਤ ਨੂੰ ਉੱਥੋਂ ਆਏ ਜਹਾਂਗੀਰ ਨਾਲ ਗੱਲ ਹੋਈ ਜਹਾਂਗੀਰ ਕਹਿਣ ਲੱਗਾ ਹੱਥ ਜੋੜ ਕੇ ਵੀ ਮੈਂ ਤਾਂ ਕੁਝ ਨੀ ਕਿਹਾ ਮੇਰੇ ਤੇ ਤਰਸ ਕਰਿਓ ਮਹਾਰਾਜ ਹੱਸ ਕੇ ਕਹਿਣ ਲੱਗੇ ਇੰਨਾ ਕੁ ਤਰਸ ਤੇਰੇ ਤੇ ਜ਼ਰੂਰ ਕਰ ਲੈਂਦੇ ਹੈ ਤੈਨੂੰ ਇੱਥੇ ਕੁਝ ਨੀ ਕਹਿੰਦੇ ਕੰਮ ਸਾਰਾ ਤੂੰ ਕਰਾਇਆ ਪਰ ਜਿਸ ਦੋਸਤ ਨੇ ਪਿਤਾਰੇ ਕੋਲ ਖੜੇ ਕੇ ਇਸ ਚਰੋਤਾ ਪਵਾਇਆ ਉਹ ਤਾਂ ਹਾਜ਼ਰ ਅੱਜ ਹੀ ਕਰਦੇ ਸਾਡੇ ਪੇਸ਼ ਕਰਦੇ ਅੱਜ ਹੁਣੇ ਤੇ ਤੇਰੇ ਨਾਲ ਨਿਬੇੜਾਂਗੇ ਪ੍ਰਲੋਕ ਵਿੱਚ ਮੁਆਫ਼ੀ ਤੈਨੂੰ ਇੱਥੇ ਤਾਂ ਚੁੱਪ ਜ਼ਰੂਰ ਹੈ ਪਰ ਪ੍ਰਲੋਕ ਤੋਂ ਹਿਸਾਬ ਕਿਤਾਬ ਜ਼ਰੂਰ ਲੈਣਾ ਹਿੰਦੁਸਤਾਨ ਦੇ ਰਾਜ ਨੂੰ ਇਹ ਗੱਲ ਕਹਿ ਸਕਦਾ ਤੇ ਗੁਰੂ ਕਹਿ ਸਕਦਾ ਪੂਰਨ ਗੁਰੂ ਕਹਿ ਸਕਦਾ ਅਧੂਰਾ ਗੁਰੂ ਨੀ ਇੱਧਰ ਬੱਚਣੇ ਦੇ ਮੁੰਡੇ ਨੂੰ ਜਾ ਕੇ ਇੰਦਰਾਂ ਦੀਆਂ ਚਪੜੀਆਂ ਝਾੜੀ ਜਾਵੇ ਔਰ ਉਹ ਪੂਰਨ ਗੁਰੂ ਨੇ ਕਿਹਾ ਜਹਾਂਗੀਰ ਨੇ ਛਿੜਕ ਕੇ ਕੰਬ ਕੇ ਜੋੜੀਆਂ ਕਰਕੇ ਨੇਲੜੀਆਂ ਕੱਢ ਕੇ ਮੀਰੀ ਪੀਰ ਦੇ ਮਾਲਕ ਦੇ ਪਾਸ ਚੰਦੂ ਨੂੰ ਯਾਦ ਖਾਇਆ ਅੱਜ ਤੁਹਾਡੇ ਗੁਰੂ ਘਰ ਦਾ ਦੋਸ਼ੀ ਹੈ ਭਾਈ ਜੀ ਵੀ ਕੰਧ ਨੇ ਖਿਆਲ ਕੀਤਾ ਮਹਾਰਾਜ ਜਾਲੂ ਵੀ ਬਹੁਤ ਤੇਰੇ ਬਖਸ਼ੀ ਨਾ ਦੇਣ ਉਸੇ ਵੇਲੇ ਭਾਈ ਜੇਠੇ ਨੂੰ ਇਸ਼ਾਰਾ ਕੀਤਾ ਤੇ ਭਾਈ ਜੇਠਾ ਜਿਹੜੇ ਦਸ ਸੰਗਲੀ ਪਾ ਲੈ ਤੇ ਪਿੱਛੇ ਜਿਹੜੇ ਕੁੱਤਿਆਂ ਨੂੰ ਸਾਂਭਦੇ ਉਹਨਾਂ ਨੂੰ ਫੜਾ ਦੇ ਉਸ ਨੂੰ ਉਹਦੇ ਮੱਤ ਚ ਨਕੇਲ ਪਾ ਕੇ ਖਾਲਸਾ ਦੀ ਦਿੱਲੀ ਤੇ ਲਾਹੌਰ ਦੀ ਗਲੀ ਗਲੀ ਚ ਫੇਰਿਆ ਸੀ ਔਰ ਜਿਸ ਦਿਨ ਬਚਨ ਕੀਤਾ ਸੀ ਉਸ ਦਿਨ ਕਹਿੰਦੇ ਸੀ ਇਹ ਤਾਂ ਨਾਮੁਮਕਿਨ ਹੈ ਇਹ ਨੀ ਕਦੇ ਹੋ ਸਕਦਾ ਇਹ ਕਈ ਵਾਰੀ ਸਟੇਜਾਂ ਤੋਂ ਜਿਹੜਾ ਕੋਈ ਖਿਆਲ ਕਿਸੇ ਨੂੰ ਪ੍ਰਗਟ ਕੀਤਾ ਜਾਵੇ ਇਹ ਵੀ ਮੁੰਡਾ ਦਾ ਬੋਲੀ ਜਾਂਦਾ ਨਾ ਇਹਨੂੰ ਅਕਲ ਹੈ ਕੌਂਸਲ ਚ ਫੁੱਟ ਪੈਂਦਾ ਨਾ ਇਹਨੂੰ ਕੋਈ ਪੜ੍ਹਾਈ ਹੈ ਨਾ ਇਹ ਨੀਤੀ ਜਾਣਦਾ ਤੇ ਜਦੋਂ ਸਮਾਂ ਆਣ ਕੇ ਕੰਨ ਤੇ ਵੱਜਦੀ ਹੈ ਗੱਲ ਤਾਂ ਠੀਕ ਸੀ ਜੇ ਮੰਨੀ ਜਾਂਦੀ ਸੀ ਤਾਂ ਚੰਗਾ ਹੀ ਜਦੋਂ ਤੱਕ ਆਪਾਂ ਇੱਕ ਥਾਂ ਨਹੀਂ ਬਹਿੰਦੇ ਚਿੱਤ ਤੇ ਜਦੋਂ ਤੱਕ ਇੱਕ ਦੂਜੇ ਦੇ ਚਿੱਕਰ ਸੁੱਟਣੋਂ ਨਹੀਂ ਹਟਦੇ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਨਿਸ਼ਚਾ ਨਹੀਂ ਸਿੱਖੀ ਵਿੱਚ ਪ੍ਰਤੱਖ ਨਹੀਂ ਬਾਣੀ ਤੇ ਅਭਿਆਸ ਨਹੀਂ ਉਦੋਂ ਤੱਕ ਖਾਲਸਾ ਦੀ ਚੁੱਪ ਪੜੇਗੀ ਔਰ ਹੁਣ ਤੁਸੀਂ ਸੁਣਿਆ ਸੀ ਭਾਈ ਗੁਰਦਿਆਲ ਸਿੰਘ ਨੂੰ ਗੋਲੀ ਨਾਲ ਮਾਰ ਦਿੱਤਾ ਕੋਈ ਗੱਲ ਨੀ ਪਿੱਛੇ ਵੀ ਬਹੁਤ ਮਰੇ ਹੋ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਲਾਈਨ ਵਿੱਚ ਖੜਿਆ ਕਰਕੇ ਕਤਾਰ ਖੜਿਆ ਕਰਕੇ ਵੱਡੇ ਸੀ ਪਰ ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਨੂੰ ਵੱਡਿਆ ਉਹਨਾਂ ਦੀ ਹਾਲਤ ਕੀ ਹੋਈ ਸੀ ਗੌਰਮੈਂਟ ਵਾਲੇ ਤੁਹਾਡੇ ਹੱਥ ਚ ਪਾ ਚੁੱਕਾ ਚਾਰ ਕੁ ਦਿਨ ਦੀ ਬਹੁਤੀ ਨਹੀਂ ਜਿੰਨੀ ਵਰਤੀ ਦੀ ਆ ਦੁਰਵਰਤੋਂ ਵੀ ਕਰੀ ਦੀ ਆ ਤੁਸੀਂ ਕਰੋ ਪਰ ਚੇਤਾ ਰੱਖੋ ਜਿਨ੍ਹਾਂ ਜਿਨ੍ਹਾਂ ਨੇ ਮਾਰਨੇ ਸ਼ੁਰੂ ਕੀਤੇ ਆ ਸਮਾਂ ਆਵੇਗਾ ਜਦੋਂ ਵਜੀਦੇ ਨੇ ਸਾਹਿਬਜ਼ਾਦੇ ਤੇ ਵਾਰ ਕੀਤਾ ਤੇ ਆਪਾਂ ਤਾਂ ਸਵਾਇ ਕੇ ਬੈਠੇ ਨਾ ਬਹੁਤ ਵੱਡੀ ਸਭਾ ਉਹਦੀ ਜਦੋਂ ਭਰੀ ਸੀ ਤੇ ਕੋਈ ਮੂੰਹ ਨੀ ਸੀ ਤਾਂ ਚੁੱਕਦਾ ਕਿਤੇ ਮੇਰੇ ਵੱਲ ਨਾ ਇਸ਼ਾਰਾ ਹੋ ਜਾਵੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਮਾਂ ਆਇਆ ਮੇਰੇ ਚੋਦੀ ਪ੍ਰੀਤਮ ਨੇ
ਮੈਂ ਲੋ ਦਾਸ ਵਰਾਜੀ ਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਦੇ ਕੇ ਹਜ਼ੂਰ ਸਾਹਿਬ ਚੋਂ ਪੰਜ ਪੀਰ ਦੇ ਕੇ ਭੇਜਿਆ ਕਿ ਜਦੋਂ ਵਜੀਦੇ ਨੂੰ ਪਕੜ ਕੇ ਲੰਮਿਆਂ ਪਾ ਕੇ ਉਹਦੀ ਛਾਤੀ ਤੇ ਘੋੜਾ ਚੜਾਇਆ ਉਹ ਦਿਨ ਵਜੀਦੇ ਨੂੰ ਉਦੋਂ ਪਤਾ ਆਇਆ ਕਿ ਮੈਂ ਪਾਠ ਕਰ ਬੈਠਾ ਚੰਦੂ ਆਪਣਾ ਜੋ ਸੁੱਚਾ ਆਨੰਦ ਸੀ ਚੰਦੂ ਨੇ ਸੁੱਚਾ ਆਨੰਦ ਸੀ ਜੋ ਜਿਹਨੂੰ ਗੁਰੂ ਕਾ ਖਾਲਸਾ ਝੂਠਾ ਆਨੰਦ ਕਹਿੰਦਾ ਉਹਦੀ ਲੜਕੀ ਸੀ 8 ਸਾਲ ਦੀ ਉਹਨੂੰ ਵੀ ਪਕੜ ਲਿਆ ਉਹਦੇ ਪਰਿਵਾਰ ਨੂੰ ਪਕੜਿਆ ਗਿਆ ਬੰਦਾ ਸਿੰਘ ਦੇ ਸਾਹਮਣੇ ਲਿਆ ਕੇ ਪੇਸ਼ ਕੀਤੇ ਗਏ ਪੇਸ਼ ਕਰਨ ਤੋਂ ਬੰਦਾ ਸਿੰਘ ਨੇ ਕਿਹਾ ਕਿ ਇਹਨੂੰ ਵੀ ਉਸੇ ਰਾਹ ਲੰਘਾਇਆ ਜਾਵੇ ਜਿਸ ਰਸਤੇ ਸਾਹਿਬਜ਼ਾਦੇ ਨੂੰ ਲੰਘਾਇਆ ਗਿਆ ਉਸੇ ਕੁਝ ਸਿੰਘਾਂ ਨੇ ਵਿੱਚੋਂ ਰਾਹ ਦਿੱਤੀ ਬੰਦਾ ਸਿੰਘ ਜੀ ਸਿੰਘ ਗੁਰੂ ਕਾ ਬੀਬੀ ਤੇ ਵਾਰ ਨੀ ਕਰਦਾ ਨਾਲੇ ਨਾਬਾਲਕ ਹੈ ਜਦੋਂ ਇੰਨੀ ਗੱਲ ਕਹੀ ਖਾਲਸਾ ਜੀ ਆਪਣੇ ਆਪ ਮੁਸ਼ਾਇਰਿਆਂ ਨੂੰ ਤਾਜ ਵਾਤਾਵਰਨ ਲੱਗ ਪਿਆ ਚਿਹਰੇ ਤੇ ਲਾਲੀ ਆ ਗਈ ਨੇਤਰਾਂ ਚ ਲਾਲੀ ਛਾ ਗਈ ਵੀਰ ਆਸਰੇ ਚਾਹ ਕੇ ਬੰਦਾ ਸਿੰਘ ਬਹਾਦਰ ਕਹਿਣ ਗਿਆ ਸਿੰਘੋ ਇਹ ਜਿਸ ਵੱਲ ਤੁਸੀਂ ਇਸ਼ਾਰਾ ਕੀਤਾ ਕਿ ਉਮਰ ਛੋਟੀ ਹੈ ਬਾਬਾ ਫਤਿਹ ਸਿੰਘ ਦੀ ਉਮਰ ਦੱਸੋ ਕਿੰਨੀ ਸੀ ਕਹਿੰਦੇ ਜੀ 7 ਸਾਲ ਦੀ ਸੀ ਇਹਦੀ ਉਮਰ ਕਿੰਨੀ ਹੈ ਇਹਦੀ 8 ਸਾਲ ਦੀ ਬਾਬਾ ਫਤਿਹ ਸਿੰਘ ਜੀ ਨੇ ਕੀ ਗੁਨਾਹ ਕੀਤਾ ਸੀ ਕਹਿੰਦਾ ਤੁਸੀਂ ਖਾਲਸੇ ਨੇ ਕਹਿ ਦਿੱਤਾ ਇਹਨਾਂ ਚ ਪਰਸ ਮੈਂ ਜ਼ਰੂਰ ਕਰ ਲੈਣਾ ਤੈਨੂੰ ਚਿਪਕਾਉਂਦੇ ਨਹੀਂ ਜਾ ਕੇ ਚੰਡਾਲਾਂ ਦੇ ਨਾਲ ਇਸ ਨੂੰ ਵਿਆਹ ਦਿਓ ਜਦੋਂ ਸੁੱਚੇ ਨੰਦ ਦੀ ਲੜਕੀ ਨੂੰ ਚੰਡਾਲਾਂ ਨਾਲ ਵਿਆਹ ਤੇ ਉਹਨੂੰ ਚੰਗੀ ਤਰ੍ਹਾਂ ਦੰਡ ਦਿੱਤਾ ਉਦੋਂ ਉਹਨੂੰ ਮਾਨ ਕੇ ਚੇਤਿਆ ਸੀ ਕਾਹਨੂੰ ਪੰਗਾ ਲੈਣਾ ਸੀ ਮੈਨੂੰ ਰਾਤ ਦਾ ਪਤਾ ਲੱਗਾ ਖਾਸ ਕਰਕੇ ਜਿਹਨੇ ਰਿਪੋਰਟ ਮਿਲੀ ਹੈ ਗੁਰਬਚਨ ਸਿੰਘ ਡੀ ਐਸ ਪੀ ਆ ਜਿਹੜਾ ਇੱਥੋਂ ਦਾ ਉਹਨੇ ਬੜੀ ਭਾਰੀ ਅੱਤ ਚੁੱਕੀ ਹੈ ਬੜੇ ਸਮੇਂ ਤੋਂ ਬਹੁਤ ਹੀ ਗਰਮ ਨੂੰ ਗੱਲ ਮੈਂ ਕਹਾਂ ਪਰ ਉਹਨੂੰ ਆਵਾਜ਼ ਤਾਂ ਮੇਰੀ ਪਹੁੰਚ ਵੀ ਹੋਵੇਗੀ ਤੇਰਾ ਸੀ ਜੀ ਵਾਲੇ ਪਹੁੰਚਾ ਦਿਓ ਤੁਸੀਂ ਉਹਨੂੰ ਇਹ ਦੱਸ ਦਿਓ ਵੀ ਚੇਤਾ ਰੱਖ ਲੈ ਇਹ ਖਾਲਸਾ ਉਹ ਹੈ ਜਿਸ ਖਾਲਸੇ ਨੇ ਜਸਪਤ ਤੇ ਲਖਪਤ ਵਰਗਿਆਂ ਨੂੰ ਹਾਥੀ ਤੇ ਚੜਿਆਂ ਨੂੰ ਫੌਜ ਦੇ ਘੇਰੇ ਵਿੱਚੋਂ ਹਾਥੀ ਦੀ ਪੂਛ ਪਕੜ ਕੇ ਉਹਦੇ ਉੱਪਰ ਚੜ ਕੇ ਜਿਹਨੇ ਕੱਦੂ ਦੀ ਵੱਲ ਨਾ ਕੱਦੂ ਵੱਢੀ ਦਾ ਨਾ ਇਸ ਤਰ੍ਹਾਂ ਵੱਜਿਆ ਸੀ ਤੈਨੂੰ ਮਿਲੂਗਾ ਕੋਈ ਗੁਰੂ ਕਾ ਖਾਲਸਾ ਯਾਦ ਰੱਖੀ ਤੂੰ ਹਰਭਜਨ ਸਿੰਘ ਹਰਪ੍ਰੀਤ ਸਿੰਘ ਭਾਈ ਮਨਮੋਹਨ ਸਿੰਘ ਦੇ ਭਰਾ ਜਿੰਨਾ ਜਲੀਲ ਇਸ ਪਰਿਵਾਰ ਨੂੰ ਉਸ ਮਨੁੱਖ ਨੇ ਕੀਤਾ ਸੁਣ ਕੇ ਹਿਰਦਾ ਦੁਖੀ ਹੋਇਆ 100 ਤੋਂ ਵੱਧ ਸਿੰਘ ਗਿਆ ਉਹਦੇ ਕੋਲੇ ਵੀ ਜੇ ਸਾਡੇ ਪਸੰਦਾਂ ਦਾ ਗੁਨਾਹ ਹੈ ਜੋ ਮਰਜ਼ੀ ਸਜ਼ਾ ਲਓ ਪਰ ਕੇਸ ਤੇ ਕਰੋ 13 ਦਿਨ ਹੋ ਗਏ ਪਕੜਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਟੈਲੀਫੋਨ ਕੀਤਾ ਬੰਦੇ ਭੇਜੋ ਬੰਦਿਆਂ ਨੇ ਲਿਆ ਕੇ ਰਿਪੋਰਟ ਦਿੱਤੀ ਬੰਦਿਆਂ ਨੂੰ ਕਿਹਾ ਜੀ ਅਸੀਂ ਛੱਡ ਦਿੰਦੇ ਹਾਂ ਆਹ ਬਲਵੰਤ ਸਿੰਘ ਰਾਮੂ ਵਾਲੇ ਹੁਣ ਬੋਲਿਆ ਸੀ ਜੀ ਸਾਨੂੰ ਭਰੋਸਾ ਦਿੰਦੇ ਹੈ ਗੁਰੂ ਕੇ ਸਿੰਘ ਮੈਨੂੰ ਮੁਆਫ਼ ਕਰਿਓ ਉਹ ਸੱਪ ਤੇ ਭਰੋਸਾ ਕਰਨਾ ਕਿੱਥੋਂ ਦੀ ਸਿਆਣਪ ਹੈ 13 ਦਿਨ ਪਕੜ ਕੇ ਛਿੱਲ ਲਈ ਜਾਣੀ ਤੇ ਉਹਨਾਂ ਦਾ ਪਰਿਵਾਰ ਗਿਆ ਤੇ ਬਚਨਾ ਜਿਹਨੂੰ ਗੁਰਬਚਨ ਸਿੰਘ ਨਾਂ ਉਹਦਾ ਉਹ ਪਰਿਵਾਰ ਦੇ ਜੀਆਂ ਨੂੰ ਕਹਿੰਦਾ ਜੇ ਤੁਸੀਂ ਛਡਾਉਣਾ ਚਾਹੁੰਦੇ ਹੋ ਤੇ ਚੋਰੀ ਪਕੜ ਕੇ ਮੇਰੇ ਅੱਗੇ ਅੱਗੇ ਤੇ ਪਿੱਛਾ ਪਾ ਦਿਓ ਪਰ ਮੈਂ ਕੀ ਕਹਾਂ ਉਹਨਾਂ ਦੇ ਬੱਚੇ ਸੀ ਹੋ ਸਕਦਾ ਮੇਰੇ ਚ ਆ ਗਏ ਹੋਣ ਜਦੋਂ ਮੇਰੇ ਵਰਗੇ ਨਾਲ ਪੰਜਾਬ ਤੇ ਪਤਾ ਲੱਗੂ ਉਹ ਵਿਚਾਰੇ ਦੁਖੀ ਹੋਏ ਪਰਿਵਾਰ ਵਿੱਚੋਂ ਇੱਕ ਜੀ ਨੇ ਝੋਲੀ ਆਟ ਦਿੱਤੀ ਸਾਡੀ ਝੋਲੀ ਦੀ ਸੈਰ ਪਾ ਦੇ ਉਹਨੂੰ ਕਹਿਣ ਲੱਗਾ ਵੀ ਚੰਗਾ 3 ਵਜੇ ਆ ਜਿਓ 3 ਵਜੇ ਉਹ ਪਰਿਵਾਰ ਦੇ ਜੀ ਗਏ ਕਹਿੰਦੇ ਤੇ ਸ਼ਾਮ ਨੂੰ ਆ ਜਿਓ 11 ਵੱਜ ਕੇ ਰਾਤ ਦੇ ਤੇ ਕਹਿੰਦੇ ਵੀ ਘਰਿੰਡੇ ਥਾਣੇ ਚ ਜਦੋਂ ਘਰਿੰਡੇ ਥਾਣੇ ਰਾਤ ਨੂੰ ਵਿਚਾਰੇ ਕਾਰ ਲੈ ਕੇ ਪਹੁੰਚੇ ਉਦੋਂ ਪਹਿਲਾਂ ਪਰਿਵਾਰ ਦੇ ਜੀਆਂ ਨੂੰ ਕਹਿਣ ਲੱਗਾ ਮਨਮੋਹਨ ਸਿੰਘ ਦੇ ਪਿਤਾ ਨੂੰ ਅੱਛੇ ਦੱਸੋ ਵੱਡਾ ਬੱਚਾ ਛੱਡਣਾ ਹੈ ਕਿ ਛੋਟਾ ਬੱਚਾ ਹੁਣ ਪਿਓ ਕਿਹਨੂੰ ਕਹੇ ਵੀ ਛੋਟਾ ਛੱਡ ਜਾ ਵੱਡਾ ਛੱਡ ਪਿਓ ਵਾਸਤੇ ਦੋਵੇਂ ਪੁੱਤਰ ਕੋਲੇ ਹੈ ਭਾਵ ਕੀ ਕੇ ਘਰ ਵਿੱਚ ਫੁੱਟ ਪਾਈ ਜਾਵੇ ਤੇ ਜਦੋਂ 11 ਵਜੇ ਕਾਰ ਲੈ ਕੇ ਉੱਥੇ ਪਹੁੰਚੇ ਤੇ ਉਹ ਤਾਂ ਕਹਿੰਦੇ ਵੀ ਜਲੰਧਰ ਸੁੱਚਾ ਥਾਂ ਲੈ ਗਏ ਉਹ ਵਿਚਾਰੇ ਉੱਥੋਂ ਮੋੜਾ ਚੁੱਪ ਕਰਕੇ ਇੱਥੇ ਆ ਕੇ ਦਿਨੇ ਫੇਰ ਮਿਲੇ ਤੇ ਬੜਾ ਖਫੇ ਹੋਇਆ ਗੁੱਸੇ ਹੋਇਆ ਕਹਿੰਦਾ ਮੇਰੇ ਪੁੱਛੇ ਬਿਨਾ ਜਲੰਧਰ ਦਾ ਐਸ ਐਸ ਪੀ ਜਾਂ ਜਲੰਧਰ ਦਾ ਡੀ ਐਸ ਪੀ ਉਹ ਕਿਵੇਂ ਲੈ ਗਏ ਮੁੜ ਕੇ ਸੁਰਜੀਤ ਸਿੰਘ ਬੈਂਸ ਕੋਲੇ ਗਏ ਉਹਨੇ ਵੀ ਮੂੰਹ ਇਹੋ ਜਿਹਾ ਬਣਾ ਲਿਆ ਇਹ ਸਾਰੀ ਜੁੰਗਲੀ ਇੱਕੋ ਜਿਹੀ ਹੈ 16-17 ਬੰਦੇ ਆ 50 ਜਿਹਨਾਂ ਨੇ ਸਿੱਖਾਂ ਦਾ ਖੂਨ ਪੀਤਾ ਹੈ ਸੁਰਜੀਤ ਸਿੰਘ ਬੈਂਸ ਹਰਜੀਤ ਸਿੰਘ ਇੰਸਪੈਕਟਰ
ਐਨਸਬਲਟਰ ਇਸੇ ਤਰ੍ਹਾਂ ਸ਼ੇਰ ਸਿੰਘ ਮਹਿਮਾ ਸਿੰਘ ਦਾ ਭਰਾ ਨਰਕ ਧਾਰ ਗਿਆ ਹੈ ਇੱਥੇ ਲਗੜਾ ਸਿੰਘਾਂ ਨੂੰ ਮਾਰਨ ਤੇ ਡੀ ਐਸ ਪੀ ਗੁਰਬਚਨ ਸਿੰਘ ਮੱਖਣ ਸਿੰਘ ਹੌਲਦਾਰ ਬੂਰ ਸਿੰਘ ਸਿਪਾਹੀ ਇੱਕ ਦਰਸ਼ਨ ਸਿੰਘ ਇੱਥੇ ਜਿਨ੍ਹਾਂ ਨੇ ਇਹ ਮੁਕਾਬਲੇ ਚ ਕੁਝ ਗੜਬੜ ਕੀਤੀ ਹੈ ਇਹਨਾਂ ਵਾਲੇ ਚ ਇੱਕ ਗੁਰਦਰਸ਼ਨ ਸਿੰਘ ਰਈਏ ਵਾਲਾ ਇੱਕ ਗੁਰਚਰਨ ਸਿੰਘ ਸਾਂਸੀ ਜਿਹੜਾ ਫਰੀਦਕੋਟ ਦਾ ਇੱਕ ਸੁੱਚਾ ਸਿੰਘ ਇੱਕ ਸ਼ਿਆਮ ਸੁੰਦਰ ਮੋਗੇ ਦਾ ਇੱਕ ਭੱਟੀ ਤੇ ਮਾਨ ਤੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੇ ਇਹ ਨਿਗਮ ਕੀਤਾ ਕਿ ਚਾਹੇ ਸਿੱਖ ਸੱਚਾ ਚਾਹੇ ਸਿੱਖ ਝੂਠਾ ਆਪਣੀ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਕਿਸੇ ਸਿੱਖ ਦੇ ਦਾਤਰੇ ਕਿਰਪਾਨ ਨਹੀਂ ਰਹਿਣ ਦੇਣੀ ਸਿਰ ਤੇ ਪੱਗ ਨਹੀਂ ਰਹਿਣ ਦੇਣੀ ਪਰ ਇਹਨਾਂ ਘੋੜਿਆਂ ਨੂੰ ਇਹ ਨਹੀਂ ਪਤਾ ਕਿ ਇਹ ਸਿੱਖ ਕੌਮ ਦੀ ਪੱਗ ਨੂੰ ਖਤਮ ਕਰਨ ਵਾਸਤੇ ਉਹ ਨਰਿੰਦੇ ਵਰਗੇ ਹੋ ਗੁਜ਼ਰੇ ਆ ਅਸੀਂ ਉਹਨਾਂ ਨੂੰ ਚੀਕਾਂ ਮਾਰ ਕੇ ਇੱਥੇ ਨਿਕਲਣਾ ਪਿਆ ਸੀ ਤੁਸੀਂ ਕਿਹੜੇ ਬਾਗ ਦੀ ਮੁਣੀ ਹੈ ਉੱਥੇ ਕਹਿੰਦੇ ਵੀ ਸਾਨੂੰ ਦੁੱਖ ਹੈ ਅਸੀਂ ਆਈ ਜੀ ਨੂੰ ਟੈਲੀਫੋਨ ਕੀਤਾ ਕਿ ਸਾਡੇ ਪੁੱਛੇ ਬਿਨਾਂ ਸੁੱਚਾ ਸਿੰਘ ਕਹਿਣ ਲਿਆ ਗਿਆ ਤੁਸੀਂ ਦੱਸੋ ਵੀ ਐਸ ਐਸ ਪੀ ਦੇ ਅਧੀਨ ਕੇਸ ਹੋਵੇ ਤੇ ਇੰਸਪੈਕਟਰ ਉੱਥੇ ਬੰਦਿਆਂ ਨੂੰ ਕਿਵੇਂ ਲਿਜਾ ਸਕਦਾ ਰਾਏ ਤੋਂ ਬਿਨਾਂ ਹੁਣ ਕਹਿੰਦੇ ਆ ਪਹਿਲੇ ਦਿਨ ਬੰਦੇ ਮਿਲੇ ਅਸੀਂ ਤੁਸੀਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਕੀ ਲੈਣਾ ਦਰਸ਼ਨਾਂ ਤੋਂ ਤੁਸੀਂ ਬਚਾ ਲਓ ਤੇ ਚੰਗਾ ਪੁਲਿਸ ਵਾਲੇ ਮੈਂ ਤੁਹਾਨੂੰ ਵਾਰਨਿੰਗ ਦੇਣੀ ਚਾਹੁੰਦਾ ਤੁਹਾਡੇ ਹੱਥ ਵਿੱਚ ਦੋਵੇਂ ਬੱਚੇ ਉਹਨਾਂ ਦੇ ਵੀ ਸ਼ੱਕ ਮਾਰ ਦਿਓ ਜਿੱਥੇ ਅੱਗੇ ਦੂਜਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਉਹਨਾਂ ਨੂੰ ਵੀ ਦੋਵਾਂ ਨੂੰ ਦੇ ਲਾਂਗੇ ਪਰ ਆਪਣੇ ਪਰਿਵਾਰਾਂ ਦਾ ਤੇ ਆਪਣੇ ਬੱਚਿਆਂ ਦਾ ਬੰਦੋਬਸਤ ਰੱਖਿਓ ਜਿੰਨਾ ਹੋ ਸਕਿਆ ਤੇ ਜੇ ਇਹਨਾਂ ਦੋਨਾਂ ਮੁੰਡਿਆਂ ਨੂੰ ਮਾਰਿਆ ਗੋਲੀ ਦੇ ਨਾਲ ਜਾਂ ਤੁਸੀਂ ਇਹ ਦੇ ਕੇ ਤੇ ਅਸੀਂ ਕੱਲ ਹੀ ਘਰ ਦੇ ਸਿੱਖ ਹੋਏ ਤੇ ਤੁਹਾਡੇ ਇਹਨਾਂ ਪਰਿਵਾਰਾਂ ਦਾ ਖਾਤਮਾ ਜ਼ਰੂਰ ਕਰਾਂਗੇ ਮੈਂ ਨਾ ਕੀਤੇ ਦਾ ਪਿੱਛੋਂ ਕੌਮ ਜ਼ਰੂਰ ਕਰੇਗੀ ਤੇ ਜਾਂ ਬੰਦੇ ਦੇ ਪੁੱਤ ਬਣ ਕੇ ਇਹਨਾਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕਰੋ ਜੇ ਕਸੂਰਵਾਰ ਹੈ ਬੇਸ਼ੱਕ ਮੁਕੱਦਮਾ ਚਲਾਓ ਤੇ ਨਾਲੇ ਕਹੀ ਜਾਂਦੇ ਇੱਥੇ ਟੈਲੀਫੋਨ ਤੇ ਪ੍ਰਧਾਨ ਸਾਹਿਬ ਨੂੰ ਵੀ ਕਸੂਰ ਤਾਂ ਕੋਈ ਨੀ ਕਸੂਰ ਕੋਈ ਨੀ ਤੇ ਉਹਨਾਂ ਤੋਂ ਰੋਕਣਾ ਕੋਈ ਇੱਥੇ ਕਾਰੇ ਵਾਸਤੇ ਰੱਖਿਓ ਇੰਨਾ ਅਤਿਆਚਾਰ ਜਿੱਥੇ ਕੁ ਤੱਕ ਸ਼ਾਂਤੀ ਹੈ ਮੈਂ ਆਪਣੇ ਬੁਲਾਰਿਆਂ ਨੂੰ ਵੀ ਬੇਨਤੀ ਕਰਾਂਗਾ ਸ਼ਾਂਤੀ ਰੱਖਣੀ ਹੈ ਨਾ ਸ਼ਾਂਤੀ ਦਾ ਹਮੀ ਨਹੀਂ ਹੈ ਪਰ ਇਹ ਕੀ ਇੱਕ ਪਾਸੇ ਬੱਚਿਆਂ ਨੂੰ ਕੁੱਟੀ ਜਾਣ ਤੇ ਸਿੰਘਾਂ ਨੂੰ ਮਾਰੀ ਜਾਣ ਤੇ ਦੂਜੇ ਪਾਸੇ ਵੀ ਸਾਡੇ ਕੋਲੇ ਆਣ ਕੇ ਕਹਿੰਦੇ ਆ ਕਸੂਰ ਤਾਂ ਕੋਈ ਨੀ ਜਦੋਂ ਕੋਲੇ ਆਣ ਕੇ ਕਹਿੰਦੇ ਆ ਫੜ ਕੇ ਉਹਨਾਂ ਨੂੰ ਬਿਠਾ ਲਓ ਤੇ ਜਦੋਂ ਬੈਠੇ ਹੋਣਗੇ ਉਹਨੇ ਕਹਿੰਦੇ ਕਸੂਰ ਤਾਂ ਤੁਹਾਡਾ ਵੀ ਕੋਈ ਨੀ ਤੁਸੀਂ ਸਾਡੇ ਸਿਰ ਦੇ ਤੁਹਾਡੇ ਸਿਰ ਦੇ ਆਪੇ ਹਟ ਜਾਣਗੇ ਉਹ ਕੋਲੇ ਆ ਕੇ ਕਹਿੰਦੇ ਕਸੂਰ ਕੋਈ ਨੀ ਮੁੜ ਕੇ ਮੁੜ ਜਾਂਦੇ ਸਿੱਧਰ ਕਿਵੇਂ ਹੋ ਸਿੱਖੀ ਨਾਲ ਪਿਆਰ ਕਰੋ ਮਿਲ ਕੇ ਚੱਲੋ ਜੋ ਪੰਥ ਦੇ ਡਿਕਟੇਟਰ ਦਾ ਹੁਕਮ ਹੈ ਉਹਨੂੰ ਆਪਾਂ ਜ਼ਰੂਰ ਮੰਨਣਾ ਚਾਹੇ ਸ਼ਾਸਤਰ ਭਾਰੀ ਹੋਵੋ ਹੱਥਾਂ ਬਾਹਰ ਕਰਾਰਾ ਵੈਰੀ ਨਹੀਂ ਹੁੰਦਾ ਮਿੱਤ ਵਾਲੀ ਹਾਲਤ ਜੋ ਸਤਿਗੁਰੂ ਗ੍ਰੰਥ ਸਾਹਿਬ ਦੀ ਜੱਜ ਵੀ ਕਰਦਾ ਤੇ ਨਿਰਦੋਸ਼ ਸਿੰਘਾਂ ਦਾ ਖੂਨ ਪੀਂਦਾ ਤੇ ਧੀਆਂ ਭੈਣਾਂ ਦੀ ਅੱਜ ਕਲੁੱਟਦਾ ਉਹਨੂੰ ਕਦੇ ਮੁਆਫ ਨਹੀਂ ਕਰਨਾ ਤੇ ਜੇ ਕੋਈ ਗਰੀਬ ਬੰਦਾ ਗਾਲ ਕੱਢ ਜਾਂਦਾ ਉਹਦਾ ਕਦੇ ਗੁੱਸਾ ਨਹੀਂ ਕਰਨਾ ਗਾ ਉੱਥੇ ਸ਼ਾਂਤੀ ਪੂਰੀ ਪੂਰੀ ਰੱਖਣੀ ਹੈ ਮੈਂ ਆਪਣੇ ਵੱਲੋਂ ਸਤਿਕਾਰ ਜੋ ਗੁਰੂ ਪਿਆਰੇ ਮਹਾਂਪੁਰਖ ਬਾਬਾ ਮਾਨ ਸਿੰਘ ਜੀ ਕਿਸ਼ਨਪੁਰੇ ਵਾਲੇ ਜੋ ਦਾਸ ਸਾਹਿਬ ਬੜਾ ਭਾਰੀ ਪਿਆਰ ਵੀ ਕਰਦੇ ਤੇ ਬੱਚਿਆਂ ਦੀ ਤਰ੍ਹਾਂ ਪਾਲਦੇ ਹੈ ਉਹਨਾਂ ਦੇ ਨਾਲ ਜਾਣ ਵਾਲੇ ਜਥੇਦਾਰ ਸਭਰਾਵਾਂ ਤੋਂ ਬਾਕੀ ਸਾਰੇ ਜਥੇ ਦੇ ਵਿੱਚ ਜਾਣ ਵਾਲੇ ਮੈਂਬਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਨ ਤੇ ਵਧਾਈ ਦਿੰਦਾ ਹਾਂ ਸਤਿਗੁਰੂ ਕਿਰਪਾ ਕਰਨ ਸਦਾ ਲਈ ਸਾਨੂੰ ਇਸ ਪੱਤ ਇਤਫਾਕ ਬਖਸ਼ਣ ਬਸ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਇਹਦੀ ਪਵਿੱਤਰਤਾ ਹੋ ਗਈ ਇਹਦੀ ਕਿਰਪਾਨ ਤੇ 9 ਇੰਚੀ ਦਾ ਕਹਿ ਦਿੱਤਾ ਇਹਨਾਂ ਗੱਲਾਂ ਨਾਲ ਸਿੱਖਾਂ ਦੀ ਤਸੱਲੀ ਨਹੀਂ ਹੋਣੀ ਜਦੋਂ ਤੱਕ ਆਨੰਦਪੁਰ ਦਾ ਮਤਾ ਸਿੱਧੇ ਹੱਥ ਨਾਲ ਨਹੀਂ ਮੰਨਦੀ ਤਦੋਂ ਤੱਕ ਆਪਾਂ ਵੀ ਪੂਰੇ ਚੱਲੇ ਤੇ ਉਹ ਵੀ ਪੂਰੇ ਚੱਲੇ ਭੱਜਾਂ ਨੂੰ ਮੈਂ ਨਿਕਲੇ ਹੈ ਵਾਹਿਗੁਰੂ ਜੀ ਕਾ ਖਾਲਸਾ ਸੰਤ ਬਾਬਾ ਹਰਚਰਨ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਡਿਕਟੇਟਰ ਧਰਮਯੁੱਧ ਮੋਰਚਾ ਸੰਗਤ ਵਿੱਚ ਹਾਜ਼ਰੀ ਨਹੀਂ ਲਿਆ ਸਕੇ ਇਸ ਲਈ ਸੇਨਾ ਦੀ ਯਾਚਨਾ ਕਰਦੇ ਹੋਏ ਹੁਣ ਆਤਮਨਿਰਭਰਤਾ ਸਹਿਤ ਅਤੇ ਸਤਿਕਾਰ ਸਹਿਤ ਬੇਨਤੀ ਕਰ ਰਿਹਾ ਸੰਤ ਗੁਰਮੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੇਵਾ ਵਿੱਚ ਕਿਤੇ ਸੰਗਤ ਨੂੰ ਸੰਬੋਧਨ ਕਰਨ ਅਤੇ ਜੱਟ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬੋਲੇ ਸੋਨਿਹਾਲ
ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬੋਲੇ ਸੋ ਨਿਹਾਲ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਸ ਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ ਸਭ ਸੰਤ ਵੱਜ ਕੇ ਬੁਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ ਆਪ ਜੀ ਨੇ ਜੋ ਧਾਰਮਿਕ ਮੋਰਚਾ ਚੱਲ ਰਿਹਾ ਹੈ ਉਸਦੇ ਸੰਬੰਧ ਵਿੱਚ ਜਾਣ ਵਾਲੇ ਜੱਥਿਆਂ ਦੇ ਜਥੇਦਾਰਾਂ ਪਾਸੋਂ ਅਤੇ ਹੋਰ ਮੁੱਖ ਸੱਜਣਾਂ ਦੇ ਪਾਸੋਂ ਸੋਹਣੇ ਵਿਚਾਰ ਸੁਣੇ ਹਨ। ਜਿਸ ਤਰੀਕੇ ਦੇ ਨਾਲ ਗੌਰਮੈਂਟ ਨੇ ਸਿੱਖਾਂ ਦੇ ਵਿੱਚ ਸੁੱਖ ਪਾਉਣ ਵਾਸਤੇ ਦਾਣਾ ਸੁੱਟ ਕੇ ਵੇਖਿਆ ਹੈ ਅਤੇ ਨਾਲ ਹੀ ਦੂਜੇ ਪਾਸੇ ਤੋਂ ਕੁਝ ਕੁ ਭੁਲੇਖਾ ਪਾਉਣ ਵਾਸਤੇ ਪਿੰਡਾਂ ਵਿੱਚ ਰਹਿ ਰਹੇ ਵੀਰਾਂ ਨੂੰ ਪ੍ਰੇਰ ਕੇ ਇੰਦਰਾ ਦੀਆਂ ਚੱਪਲਾਂ ਧਾਰਨ ਵਾਸਤੇ ਯਤਨ ਵਿੱਚ ਲੱਗੇ ਹੋਏ ਹਨ। ਉਹਨਾਂ ਵੱਲ ਵੀ ਆਪਾਂ ਨੂੰ ਧਿਆਨ ਰੱਖਣਾ ਪੈਣਾ। ਹੁਣੇ ਹੁਣੇ ਦੱਸਿਆ ਕਿ ਬਲਵੰਤ ਸਿੰਘ ਰਾਣੀ ਵਾਲੇ ਨੇ ਤੇ ਕੁਝ ਟਰੱਕ ਇਕੱਠੇ ਕਰਕੇ ਇੰਦਰਾ ਨੂੰ ਵਧਾਈ ਦੇਣ ਵਾਸਤੇ ਜਾ ਰਹੇ ਹਨ। ਇਸ ਗੱਲ ਦਾ ਕੋਈ ਜ਼ਿਲ੍ਹਾ ਨਹੀਂ ਕਿਉਂਕਿ ਜਿਸ ਸਿੱਖ ਦਾ ਇਸ ਨਾਲ ਪਿਆਰ ਹੈ ਉਹ ਕਦੇ ਨਹੀਂ ਜਾਂਦਾ। ਜਿਹਦਾ ਚੱਪਲੀ ਤੇ ਕੁਰਸੀ ਨਾਲ ਪਿਆਰ ਹੈ ਉਹਨੂੰ ਆਪਾਂ ਰੋਕ ਨਹੀਂ ਸਕਦੇ। ਜੇ ਉਸ ਤਰ੍ਹਾਂ ਰੋਕਣ ਵਾਲਾ ਕੋਈ ਹੋਇਆ ਤਾਂ ਵੱਖਰੀ ਗੱਲ ਹੈ, ਪਰ ਉਹਨੇ ਜਾਣਾ ਹੀ ਜਾਣਾ ਹੁੰਦਾ। ਕਿਉਂਕਿ ਜਿਹੜੇ ਵਧਾਈ ਦੇਣ ਵਾਸਤੇ ਜਾ ਰਹੇ ਹੈ, ਮੈਂ ਇਹ ਕਹਾਂਗਾ ਕਿ ਉਹਨਾਂ ਲੋਕਾਂ ਵਿੱਚ ਸ਼ਾਮਲ ਹੋ ਸਕਦਾ ਤੇ ਅੰਤ ਦਾ ਜਜ਼ਬਾ ਮੁੱਕ ਚੁੱਕਿਆ ਹੈ, ਆਪਣੀ ਗੈਰ ਤੇ ਜ਼ਮੀਰ ਤੋਂ ਡਿੱਗ ਚੁੱਕੇ ਹਨ। ਜੇ ਉਹਨਾਂ ਵਿੱਚ ਕੋਈ ਸ਼ਰਮ ਦੀ ਕਮੀ ਹੋਵੇ ਤਾਂ ਉਹ ਕਦੇ ਜਾ ਨਹੀਂ ਸਕਦੇ, ਕਿਉਂਕਿ ਜਿਸ ਰਾਜ ਵਿੱਚ ਕੇਵਲ ਸਿੱਖਾਂ ਦੀਆਂ ਲੜਕੀਆਂ ਨੰਗੀਆਂ ਕੀਤੀਆਂ ਗਈਆਂ, ਜਿਸ ਰਾਜ ਵਿੱਚ ਕੇਵਲ ਸਿੱਖਾਂ ਦੇ ਇਸ ਨੂੰ ਅੱਗ ਲਾਈ ਗਈ, ਜਿਸ ਰਾਜ ਵਿੱਚ ਕੇਵਲ ਸਿੱਖਾਂ ਦੇ ਘਰਾਂ ਨੂੰ ਅੱਗਾਂ ਲਾ ਕੇ ਤਬਾਹ ਕੀਤਾ ਗਿਆ, ਜਿਸ ਰਾਜ ਵਿੱਚ ਕੇਵਲ ਸਿੱਖੀ ਸਰੂਪ ਵਾਲਿਆਂ ਦੇ ਨੌਕਰੀਆਂ ਦੇ ਅਹੁਦਿਆਂ ਨੂੰ ਹੱਥ ਮਾਰੀ ਗਈ, ਬੇਘਰੇ ਕੀਤਾ ਗਿਆ, ਜਿਸ ਰਾਜ ਵਿੱਚ ਕੇਵਲ ਸਿੱਖਾਂ ਦੇ ਧਾਰਮਿਕ ਸਥਾਨ ਦਾ ਅਪਮਾਨ ਕਰਨ ਵਾਲਿਆਂ ਨੂੰ ਮੁਆਫ਼ੀ ਦਿੱਤੀ ਗਈ ਤੇ ਹਿੰਦੂ ਧਾਰਮਿਕ ਮੰਦਰਾਂ ਦੇ ਅਪਮਾਨ ਕਰਨ ਵਾਲਿਆਂ ਨੂੰ ਬਿਨਾਂ ਜਾਣ ਬੂਝ ਤੋਂ ਬਿਨਾਂ ਗਿਆਤ ਤੋਂ 50,000 ਰੁਪਇਆ ਸਿਰੇ ਦਾ ਮੁੱਲ ਪਾਇਆ ਗਿਆ। ਉਸ ਰਾਜ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਕਹਿਣ ਤੋਂ ਕੋਈ ਇਹਦਾ ਸਬੂਤ ਪਰੂਫ ਨਹੀਂ ਹੈ, ਕੋਈ ਹੱਥ ਲਿਖਤ ਚਿੱਠੀ ਲੌਂਗੋਵਾਲ ਕੋਲ ਉਹਨਾਂ ਦੀ ਕੋਈ ਨਹੀਂ ਆਈ। ਉਹਨਾਂ ਲੋਕਾਂ ਨੂੰ ਵਧਾਈ ਦੇਣ ਵਾਸਤੇ ਜਾਣਾ ਤੇ ਜੁੜੀ ਹੋਈ ਜ਼ਮੀਰ ਦੀ ਗੱਲ ਹੈ, ਬੇਗੈਰਤੀ ਤੇ ਬੇਅੰਖੀ ਦੀ ਗੱਲ ਹੈ। ਉਹਨਾਂ ਲੋਕਾਂ ਵੱਲ ਆਪਾਂ ਨੂੰ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ। ਸਤਿਗੁਰੂ ਅੱਗੇ ਅਰਦਾਸ ਕਰੀਏ ਜੋ ਉਹਨਾਂ ਲੋਕਾਂ ਨੇ ਵਾਅਦੇ ਕੀਤੇ ਹੈ, ਰੇਡੀਓ ਤੇ ਅਖਬਾਰਾਂ ਤੋਂ ਮਾੜਾ ਮੋਟਾ ਦੇ ਦਿੱਤਾ ਹੈ, ਅਸੀਂ ਵੀ ਕੀਰਤਨ ਰਿਲੇ ਕਰ ਦੇਵਾਂਗੇ ਜਲੰਧਰ ਤੋਂ। ਐਸ ਸਟੇਜ ਤੋਂ ਨੇਤਾ ਪ੍ਰਤੀ ਪ੍ਰਚਾਰ ਹੁੰਦਾ ਰਿਹਾ ਤੇ ਹੁਣ ਵੀ ਹੋ ਰਿਹਾ ਹੈ ਤੇ ਅਸੀਂ ਟਰਾਂਸਮੀਟਰ ਲੈਣਾ। ਉਹ ਕਹਿੰਦੇ ਜਲੰਧਰ ਤੋਂ ਕੀਰਤਨ ਸ਼ੁਰੂ ਕਰਨਾ, ਪੁੱਛਿਆ ਜਾਵੇ ਵੀ ਜਲੰਧਰ ਤੋਂ ਤੁਸੀਂ ਕੀਰਤਨ ਸ਼ੁਰੂ ਕਰ ਰਹੇ, ਛੋਟੀਆਂ ਛੋਟੀਆਂ ਡੱਬੇ ਵਿੱਚ ਚੁੱਕੇ ਹੋਏ ਮਸ਼ੀਨਾਂ ਦੀਆਂ, ਇਹਨਾਂ ਨਾਲ ਕੈਨੇਡਾ ਅਮਰੀਕਾ ਵਿੱਚ ਬੈਠੇ ਸਿੱਖਾਂ ਨੂੰ ਕੀਰਤਨ ਸੁਣੇਗਾ? ਜੇ ਕੀਰਤਨ ਬਾਹਰ ਦੇ ਸਿੱਖਾਂ ਨੂੰ ਸੁਣਨਾ ਹੀ ਨਹੀਂ ਤੇ ਜਲੰਧਰ ਵਾਲੇ ਦਾ ਤੁਹਾਡਾ ਪਤਾ ਕੋਈ ਨੀ, ਤੁਸੀਂ ਕਿੱਦਾਂ ਬੰਦ ਕਰ ਦੇਣਾ ਤੇ ਮਾੜਾ ਜਾ ਕੋਈ ਜਰਾ ਗੱਲ ਹੋ ਜਾਵੇ ਤੇ ਉਸੇ ਵੇਲੇ ਤੋਂ ਉਹਨੂੰ ਕੱਟ ਦਿੰਦੇ ਆ, ਬੰਦ ਕਰ ਦਿੰਦੇ ਆ। ਪਿੱਛੇ ਪੁਰਬ ਹੋਇਆ ਸੀ ਗੁਰੂ ਸਾਹਿਬਾਨ ਦਾ ਮਨਾਇਆ, ਉਹਦੇ ਵਿੱਚ 27 ਮਿੰਟ ਵੀ ਮੰਗੇ ਨੀ ਦਿੱਤੇ ਗਏ ਕਮੇਟੀ ਨੂੰ, ਤੇ ਟਰਾਂਸਮੀਟਰ ਵੀ ਮੰਗ ਹੈ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਨਹੀਂ। ਜਿਹੜੇ ਸਿੱਖ ਜਗ ਕਹਿ ਰਿਹਾ ਕਿ ਸਾਨੂੰ ਟਰਾਂਸਮੀਟਰ ਚਾਹੀਦਾ, ਅਕਾਲੀ ਦਲ ਕਹਿ ਰਿਹਾ ਸਾਨੂੰ ਟਰਾਂਸਮੀਟਰ ਚਾਹੀਦਾ, ਸਿੱਖ ਜਥੇਬੰਦੀਆਂ ਕਹਿ ਰਹੀਆਂ ਸਾਨੂੰ ਟਰਾਂਸਮੀਟਰ ਚਾਹੀਦਾ, ਬਾਹਰ ਦੇ ਸਿੱਖ ਕਹਿ ਰਹੇ ਕਿ ਅਸੀਂ ਸਾਰਾ ਸਭ ਕਰਾਂਗੇ, ਤੇ ਇਹ ਦੋ ਕੁ ਡੱਬੇ ਪਹਿਲੇ ਸਿੱਖ ਭੇਜ ਦਿੱਤੇ ਚੁੱਕ ਕੇ
ਲੰਗੋਵਾਲ ਸਾਹਿਬ ਦੇ ਪਾਸ ਆ ਗਏ ਪੰਜ ਛੇ ਜਾਣੇ ਸੰਤ ਜੀ ਦੱਸੋ ਕਿੱਥੇ ਲਾਈਏ ਕਿੱਥੇ ਸ਼ੁਰੂ ਕਰਨਾ ਉਹਨਾਂ ਨੇ ਕੋਈ ਚਿੱਠੀ ਆਏ ਇੰਦਰਾ ਦੀ ਮੈਂ ਵੀ ਸਾਨੂੰ ਤਾਂ ਮੁੱਖ ਮੰਤਰੀ ਨੇ ਭੇਜਿਆ ਉਹਨੇ ਫਿਰ ਮੁੱਖ ਮੰਤਰੀ ਨਾਲ ਤਾਂ ਗੱਲ ਨਹੀਂ ਕਰ ਇੰਦਰਾ ਨਾਲ ਆਏ ਚਿੱਠੀ ਹੱਥ ਦੱਸੋ ਨਹੀਂ ਆਪਦਾ ਚੁੱਕ ਕੇ ਸਮਾਨ ਲੈ ਜਾਓ ਉਹ ਪਤਾ ਨਹੀਂ ਲੈ ਜਾਓ ਕਿੱਥੇ ਕਹੋ ਜਾਣੇ ਇਹੋ ਜਿਹੀ ਹਾਲਤ ਮੰਗਿਆ ਟਰਾਂਸਮੀਟਰ ਤੇ ਇੱਕ ਛੋਟੀ ਜਿਹੀ ਮਸ਼ੀਨ ਲੈ ਕੇ ਇੱਥੋਂ ਤੇ ਕਹਿੰਦੇ ਵੀ ਜਲੰਧਰ ਤੋਂ ਤੀਰਥ ਨਾ ਦਾ ਟਾਈਮ ਨਾ ਪਤਾ ਜੇ ਪਤਾ ਵੀ ਹੋਵੇ ਤੇ ਟਾਈਮ ਵੀ ਹੋਵੇ ਉਹ ਕਰਨਾ ਕੀ ਹੈ ਜੋ ਤੁਸੀਂ ਮੰਗ ਵਾਸਤੇ ਬਾਹਰਲੇ ਸਿੱਖਾਂ ਨੇ ਆਪਣਾ ਘੋਲ ਕਮਾਈ ਕੀਤੀ ਹੈ ਖੂਨ ਡੋਲਿਆ ਜਾਂ ਮੌਕੀ ਤੌਰ ਤੇ ਪੰਥ ਦੀ ਸਹਾਇਤਾ ਕੀਤੀ ਹੈ ਜਦੋਂ ਉਹਨਾਂ ਨੂੰ ਵੱਟੀ ਮਾਤਰੀ ਹੋਇਆ ਤੇ ਫਾਇਦਾ ਨਹੀਂ ਤੇ ਕਰਨਾ ਕੀ ਹੈ ਤੇ ਸਰਾਸਰ ਫਰਾਡ ਹੈ ਜੋ ਸੰਤਾਂ ਨੇ ਖਬਰ ਦਿੱਤੀ ਹੈ ਠੀਕ ਦਿੱਤੀ ਹੈ ਤੇ ਛਲ ਕੀਤਾ ਜਾ ਰਿਹਾ ਕੌਮ ਦੇ ਨਾਲ ਕਿਰਪਾਨ ਬਾਰੇ ਵੀ ਕਹਿ ਦਿੱਤਾ ਮੈਂ ਪਰਸੋਂ ਥੋੜ੍ਹਾ ਜਿਹਾ ਬੋਲਿਆ ਵੀ ਸੀ ਅੱਛਾ ਜੀ ਕਿਰਪਾਨ ਤੇ ਨੌਂ ਕੀ ਠੀਕ ਅਸੀਂ ਮੰਨ ਲਈ ਤੇ ਤੁਸੀਂ ਤਾਂ ਮੰਨ ਲਈ ਸਾਨੂੰ ਪੁੱਛ ਰਹੇ ਤੁਸੀਂ ਮੰਨ ਗਏ ਕਿ ਨਹੀਂ ਅਸੀਂ ਆਪਣੇ ਧਾਰਮਿਕ ਸਿੰਘ ਤੇ ਪਾਬੰਦੀ ਕਿਉਂ ਲਗਾਈਏ ਕਿਉਂ ਕਿਸੇ ਨੂੰ ਕਹੀਏ ਕਿ ਦੋ ਅਸੀਂ ਪਾ ਨਹੀਂ ਸਕਦੇ ਜ਼ਮੀਨ ਤੇ ਕੋਈ ਪਾਬੰਦੀ ਨਹੀਂ ਭਾਵੇਂ ਜਿੱਤੇ ਤੱਕ ਲੰਮਾ ਹੋਵੇ ਦਸ ਤੋਂ ਲੈ ਕੇ ਭਾਵੇਂ ਦਸ ਫੁੱਟ ਦਾ ਲੰਮਾ ਹੋਵੇ ਸਾਨੂੰ ਕੀ ਪਾਈ ਰੱਖਣ ਸਾਡੇ ਧਾਰਮਿਕ ਸਿੰਘ ਤੇ ਪਾਬੰਦੀ ਕਿਉਂ ਇਹਨਾਂ ਚੀਜ਼ਾਂ ਵੱਲ ਆਪਾਂ ਨੂੰ ਧਿਆਨ ਦੇਣਾ ਪੈਣਾ ਛੋਟੀਆਂ ਛੋਟੀਆਂ ਗੱਲਾਂ ਖੇਡ ਖੇਡ ਕੇ ਤੇ ਉਹਦੇ ਵਿੱਚ ਆਪਾਂ ਨੂੰ ਪਾ ਕੇ ਆਪਸ ਵਿੱਚ ਵੀ ਮਤ ਭੇੜ ਪੈਦਾ ਕਰਨ ਦੀ ਗੌਰਮੈਂਟ ਵੱਲੋਂ